ਪੰਥ ਅਦ ਝੋਲੀ ਕਰਦਾ ਆਪਣੇ ਪੁੱਤਰ ਨੂੰ ਪੰਥ ਦੀ ਝੋਲੀ ਵਿੱਚ ਪਾ ਦੇ। ਪਿਆਰਿਓ ਜਦੋਂ ਇਹ ਸ਼ਬਦ ਕਹੇ ਕਿ ਪੁੱਤਰ ਪੰਥ ਦੀ ਝੋਲੀ ਵਿੱਚ ਪਾ ਦੇ ਤੇ ਉਸ ਵੇਲੇ ਮਾਂ ਦਾ ਸੀਨਾ ਇੰਨਾ ਖੁਸ਼ੀ ਨਾਲ ਭਰ ਗਿਆ ਕਹਿ ਲੱਗੀ ਖੇ ਸੱਚੇ ਪਾਤਸ਼ਾਹ ਸੱਚਮੁੱਚ ਤੇਰੇ ਬਚਨ ਸੱਤ ਪਹੁੰਦੇ ਨੇ ਗੁਰੂ ਕਾ ਲਾਲ ਬਣ ਲਗਾਖੈਂ ਆਪਣੇ ਪੁੱਤਰ ਦੀ ਬਾਹ ਪਰੇ ਕੋਏ ਦਰਬਾਰ ਦੇ ਵਿੱਚ ਸਰਦਾਰ ਕਪੂਰ ਸਿੰਘ ਜੀ ਨੂੰ ਪਕੜਾ ਦਿੱਤੀ ਤੇ ਨਾਲ ਮਾਈ ਨੇ ਭਰੇ ਦੀਵਾਨ ਵਿੱਚ ਖੱਤ ਜੋੜ ਕੇ ਕਿਹਾ ਇਹ ਖਾਲਸਾ ਇਹ ਬੱਚਾ ਮੇਰਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੀ ਅਸੀਸ ਨਾਲ ਆਇਆ ਹੈ ਮੇਰੇ ਬੱਚੇ ਦਾ ਰੋਮ ਰੋਮ ਪੰਥ ਦਾ ਹੈ ਅੱਜ ਤੋਂ ਬਾਅਦ ਇਹ ਬੱਚਾ ਪੰਥ ਦੀ ਝੋਲੀ ਵਿੱਚ ਪਾਇਆ ਜਿੱਥੇ ਤੁਹਾਡੀ ਮਰਜ਼ੀ ਇਸ ਪੰਥ ਦੇ ਬੱਚੇ ਤੋਂ ਸੇਵਾ ਲੈ ਲੈਣਾ ਕਪੂਰ ਸਿੰਘ ਜੀ ਖੋਣਾ ਨੇ ਜਥੇਦਾਰ ਜੀ ਨੇ ਜੱਸਾ ਸਿੰਘ ਦੀ ਬਾਹ ਪਕੜੀ ਤੇ ਉੱਚੀ ਸਾਰੀ ਸੰਗਤ ਵਿੱਚੋਂ ਸਤਿ ਸ਼੍ਰੀ ਅਕਾਲ ਦੀ ਆਵਾਜ਼ ਆਈ ਤੇ ਸਰਦਾਰ ਕਪੂਰ ਸਿੰਘ ਕਹਿਣ ਲੱਗੇ ਮਾਂ ਇਹ ਕੇਵਲ ਤੇਰਾ ਪੁੱਤਰ ਨਹੀਂ ਅੱਜ ਤੋਂ ਬਾਅਦ ਮੈਂ ਇਹਨੂੰ ਆਪਣਾ ਪੁੱਤਰ ਜਾਣਾਗਾ ਮੈਂ ਆਪਣੇ ਪੁੱਤਰ ਦੀ ਤਰ੍ਹਾਂ ਇਹਨੂੰ ਸੰਭਾਲਾਂਗਾ ਮਾਂ ਤੋਂ ਸਰਦਾਰ ਜੱਸਾ ਸਿੰਘ ਆਲੋ ਵਾਲੀਆ ਵਖ ਹੋ ਗਏ ਕਈ ਸਾਲਾਂ ਤੋਂ ਮਾਂ ਜਨਮ ਤੋਂ ਲੈ ਕੇ ਪੁੱਤਰ ਨੂੰ ਪਾਲਦੀ ਪੈਸੀ ਗੁਰਮਖੋ ਕਦੀ ਦੇਖੋ ਉਹ ਮਾਵਾ ਸਨ ਜਿਹੜੀਆਂ ਪੁੱਤਰ ਨੂੰ ਤਾਲੀਮ ਦੇ ਕੇ ਗੁਰਬਾਣੀ ਦੀ ਪੰਥ ਦੀ ਸੇਵਾ ਵਿੱਚ ਤੋਰਦੀਆਂ ਪਈਆਂ ਸਨ ਹਜ਼ੂਰ ਦੀ ਕਿਰਪਾ ਨਾਲ ਸਰਦਾਰ ਜੱਸਾ ਸਿੰਘ ਜਥੇ ਵੀ ਸ਼ਾਮਿਲ ਹੋ ਗਿਆ ਨਵਾਬ ਕਪੂਰ ਸਿੰਘ ਇਹਨਾਂ ਨੇ ਆਪਣੀ ਖਿਆਤੀ ਵਿੱਚ ਇਸ ਬੱਚੇ ਦੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਜਵਾਨੀ ਦੀ ਦਹਲਿਜ਼ ਤੇ ਸਰਦਾਰ ਜੱਸਾ ਸਿੰਘ ਨੇ ਪੈਰ ਰੱਖਿਆ ਤੇ ਇਧਰ ਸਰਦਾਰ ਕਪੂਰ ਸਿੰਘ ਜੀ ਖੋਣਾ ਨੇ ਜੱਸਾ ਸਿੰਘ ਦੀ ਸੇਵਾ ਲਾ ਦਿੱਤੀ ਇਹ ਨੌਜਵਾਨ ਸੀ ਪੜਿਆ ਲਿਖਿਆ ਤੇ ਖਰਾਨ ਹੋ ਗਏ ਪੂਰੇ ਸਿੱਖ ਜਗਤ ਵਿੱਚ ਜੇ ਉਸ ਵੇਲੇ ਕੋਈ ਤਲੀਮ ਵਾਲਾ ਸਰਦਾਰ ਸੀ ਤੇ ਕੇਵਲ ਸਰਦਾਰ ਜੱਸਾ ਸਿੰਘ ਸੀ ਕਿਉਂਕਿ ਦੂਜੇ ਵਿਚਾਰਿਆਂ ਨੂੰ ਤਾਂ ਜੰਗਾਂ ਤੋਂ ਹੀ ਵੇਲੇ ਨਹੀਂ ਸੀ ਮਿਲੀ ਉਹਨਾਂ ਨੇ ਪੜਨਾ ਜਾਂ ਲਿਖਣਾ ਕਿਹੜੇ ਵੇਲੇ ਸੀ ਸਿਰਫ ਉਹਨਾਂ ਅੰਦਰ ਭਾਵਨਾ ਸੀ ਇਹਦੀ ਸੇਵਾ ਲਈ ਗਈ ਕਿ ਜਿੰਨੇ ਸਿੰਘ ਡੇਰੇ ਵਿੱਚ ਜਥੇ ਵਿੱਚ ਨੇ ਇਹਨਾਂ ਸਾਰੇ ਸਿੰਘਾਂ ਨੂੰ ਤੂੰ ਦਾਣੇ ਇਹਨਾਂ ਦੇ ਘੋੜਿਆਂ ਨੂੰ ਵੰਡਣਾ ਕਰਨਾ ਹੈ ਇਹਨਾਂ ਦੇ ਘੋੜਿਆਂ ਦਾ ਦਾਣਾ ਪੱਠਾ ਤੂੰ ਵੰਡਨੇ ਸਰਦਾਰ ਜੱਸਾ ਸਿੰਘ ਪੜਿਆ ਸੀ ਪੜਿਆ ਦਿੱਲੀ ਸੀ ਇਹ ਜਦੋਂ ਬੋਲਦਾ ਸੀ ਇਹਦੇ ਤੋਂ ਠੇਠ ਪੰਜਾਬੀ ਨਹੀਂ ਸੀ ਬੋਲੀ ਜਾਂਦੀ ਤਾਂ ਕਿਨਲ ਉਰਦੂ ਦੇ ਸ਼ਬਦ ਨਿਕਲ ਜਾਣੇ ਖਮ ਕੋ ਤੁਮ ਕੋ ਇਹਨੇ ਫਾਰਸੀ ਉਰਦੂ ਦੇ ਸ਼ਬਦ ਬੋਲਨੇ ਤੇ ਜਥੇ ਵਿੱਚ ਸਭ ਤੋਂ ਛੋਟਾ ਸੀ ਦਾਣਾ ਬੜੇ ਧਿਆਨ ਨਾਲ ਵੰਡਣਾ ਜਦੋਂ ਸਿੰਘਾਂ ਨੇ ਆਉਣਾ ਇਹਨੇ ਬੋਲਣਾ ਤੇ ਇਹਦੇ ਤੋਂ ਪੰਜਾਬੀ ਨਾ ਬੋਲੀ ਜਾਣੀ ਵਿੱਚ ਅੱਧਾ ਉਰਦੂ ਬੋਲ ਦੇਣਾ ਉਹਨਾਂ ਨੇ ਦੀ ਛੇੜ ਹੀ ਪਾ ਦਿੱਤੀ ਬੱਚਾ ਸੀ लाਡ ਕਰਦੇ ਸਨ ਜਿੰਨੇ ਲੱਗਣਾ ਕਿਸੇ ਨੇ ਇਹਨਾਂ ਦੇ ਮੁਖ ਉੱਤੇ ਛੋਟੀ ਜੀ ਚਟਾਕੀ ਲਾ ਕੇ ਮਤਲਬ ਛੋਟੀ ਜੀ ਚਪੇੜ लाਡ ਨਾਲ ਮਾਰ ਕੇ ਕਹਿ ਦੇਣਾ ਤੂੰ ਤੁਮਕੋ ਖੈਂ ਦੂਜੇ ਨੇ ਲੰਗਣਾ ਕਹਿਣ ਲੱਗੇ ਤੇਰਾ ਨਾਮ ਖਮਕੋ ਖੈਂ ਇਸ ਦੀ ਛੇੜ ਹੀ ਖਮਕੋ ਤੁਮਕੋ ਪਾ ਦਿੱਤੀ लाਡ ਕਰਦੇ ਸਨ ਸਾਰੇ ਸਭ ਤੋਂ ਛੋਟਾ ਸੀ ਅੱਜ ਕਹਿੰਦੇ ਨੇ ਕਈ ਦਿਨ ਹੋ ਗਏ ਦਾਣਾ ਵੰਡਦੇ ਆ ਜਦੋਂ ਕਹਿ ਦਿੱਤਾ ਜੱਸਾ ਸਿੰਘ ਹਮ ਕੋ ਜੱਸਾ ਸਿੰਘ ਤੁਮ ਕੋ ਛੇੜ ਪਾ ਦਿੱਤੀ ਤੇ ਕਹਿੰਦੇ ਨੇ ਸ਼ਾਮ ਦਾ ਵੇਲਾ ਸਰਦਾਰ ਕਪੂਰ ਸਿੰਘ ਬੈਠੇ ਨੇ ਜੱਸਾ ਸਿੰਘ ਨੇ ਜਿਹੜਾ ਦਾਣਾ ਜੋਖਣ ਵਾਲਾ ਭਾਂਡਾ ਸੀ ਨਾ ਜਿਹਦੇ ਨਾਲ ਦਾਣਾ ਵੰਡਦੇ ਸਨ ਉਹ ਭਾਂਡਾ ਲਿਆ ਕੇ ਕਪੂਰ ਸਿੰਘ ਜੀ ਦੇ ਪੈਰਾਂ 'ਚ ਰੱਖਿਆ ਕਹਿਣ ਲੱਗਾ ਬਾਬਾ ਬਾਪੂ ਮੈਂ ਨਹੀਂ ਸਿੰਘਾਂ ਦੀ ਸੇਵਾ ਕਰ ਸਕਦਾ ਕਿਉਂ ਪੁੱਤਰ ਕਹਿਣ ਲੱਗਾ ਮੇਰੀ ਛੇੜ ਪਾ ਦਿੱਤੀ ਏ ਮੈਨੂੰ ਲੰਗਦੇ ਕੋਈ ਚਪੇੜ ਮਾਰ ਜਾਂਦਾ ਹੈ ਕੋਈ ਮੇਰੇ ਕੰਨਾਂ ਨੂੰ ਹੱਥ ਵਿੱਚ ਪਕੜਦਾ ਹੈ ਕੋਈ ਖਾਮ ਕੋ ਤੁਮ ਕੋ ਕਹਿੰਦਾ ਮੈਂ ਨਹੀਂ ਇਹਨਾਂ ਦਾ ਦਾਣਾ ਬਣ ਸਕਦਾ ਤੂੰ ਜਾਣ ਤੇ ਤੇਰਾ ਜੱਥਾ ਜਾਣੇ ਹੱਸ ਬੈ ਕੁੱਟ ਕੇ ਬਾਹ ਪਕੜ ਕੇ ਨਾ ਕੋਲ ਬਿਠਾ ਕੇ ਸੀਨੇ ਨਾਲ ਲਾ ਕੇ ਇਹਦਾ ਸਿਰ ਕਹਿਣ ਲੱਗੇ ਪੁੱਤਰ ਤੈਨੂੰ ਪਤਾ ਤੂੰ ਪੜਿਆ ਖਾਂ ਤੂੰ ਪੜਿਆ ਲਿਖਿਆ ਹੈ ਨਾ ਜਿਵੇਂ ਬੱਚੇ ਨੂੰ ਬਹਾਈਦਾ ਕਹਿਣ ਲੱਗੇ ਖਾਂ ਪੜਿਆ ਖਾਂ ਕਹਿਣ ਲੱਗੇ ਦੇਖੋ ਮੇਰੇ ਬੱਚੇ ਮੈਂ ਤਾਂ ਅਨਪੜਹਾਂ ਮੈਂ ਤਾਂ ਘੋੜਿਆਂ ਦੀ ਲਿੱਦ ਢੋਣ ਵਾਲਾ ਸਾਂ ਮੈਂ ਸੰਗਤ ਦੇ ਝੂਠੇ ਭਾਂਡੇ ਮਾਂਜਣ ਵਾਲਾ ਸਾਂ ਮੈਂ ਸੰਗਤ ਦੇ ਜੋੜੇ ਝਾੜਨ ਵਾਲਾ ਵਾਂ ਜੇ ਮੇਰੇ ਵਰਗੇ ਜੋੜੇ ਝਾੜਨ ਵਾਲੇ ਨੂੰ ਘੋੜਿਆਂ ਦੀ ਲਿੱਦ ਛੱਟਣ ਵਾਲੇ ਨੂੰ ਜੇ ਇਹਨੇ ਲੰਗਰ ਦੀਆਂ ਲੱਕੜਾਂ ਪਾੜਨ ਵਾਲੇ ਨੂੰ ਭਾਂਡੇ ਮਾਂਜਣ ਵਾਲੇ ਨੂੰ ਇਸ ਗਰੀਬ ਨਿਵਾਜ ਪੰਥ ਨੇ ਅਨਪੜ ਨੂੰ ਨਵਾਬ ਦੀ ਪਦਵੀ ਦਿੱਤੀ ਹੈ ਪੁੱਤਰ ਤੂ ਤੇ ਪੜਿਆ ਹੈ ਗੁਸਾ ਨਾ ਕਰੀ ਬੜਾ ਗਰੀਬ ਨਮਾਜ਼ੀ ਖਾਲਸਾ ਪੰਥ ਤੈਨੂੰ ਤਾਂ ਹੋ ਸਕਦਾ ਕਿ ਤੇ ਪਾਦਸ਼ਾਹ ਨਾ ਬਣਾ ਦੇਵੇ ਮੈਨੂੰ ਨਵਾਬ ਬਣਾਇਆ ਤੈਨੂੰ ਪਾਦਸ਼ਾਹ ਬਣਾਣ ਕੇ ਕਹਿੰਦੇ ਨੇ ਉਸੇ ਵੇਲੇ ਇੱਕ ਖਲੋਤੇ ਹੋਏ ਸਿੰਘ ਨੇ ਜਕਾਰਾ ਛੜ ਦਿੱਤਾ ਕਹਿਣ ਲੱਗਾ ਨਵਾਬ ਸਾਹਿਬ ਜੀ ਤੁਹਾਡੀ ਗੱਲ ਕਦੀ ਝੂਠੀ ਨਹੀਂ ਪੈ ਸਕਦੀ ਸਮਾਂ ਆਏਗਾ ਸਾਧ ਬਚਨ ਅਟਲਾਦਾ ਤੂੰ ਕਮਾਈ ਵਾਲਾ ਇੱਕ ਦਿਨੇ ਪਾਤਸ਼ਾਹ ਵੀ ਬਣੇਗਾ ਬਾਦਸ਼ਾਹ ਬਣੇਗਾ ਕਹਿ ਲੱਗੇ ਪੁੱਤਰ ਗਰੀਬ ਨਮਾਜ਼ ਪੰਥੀ ਦੇਖ ਇਹਦੀ ਸੇਵਾ ਕਰਨੀ ਛੱਡੀ ਜੇ ਅਨਪੜ ਵਰਗੇ ਨੂੰ ਨਵਾਬੀ ਦਿੰਦਾ ਤੇ ਤੈਨੂੰ ਤਾਂ ਇਹ ਬਾਦਸ਼ਾਹੀ ਜ਼ਰੂਰ ਦੇਹਗਾ ਸਰਦਾਰ ਜੱਸਾ ਸਿੰਘ ਨੇ ਉਸੇ ਵੇਲੇ ਦਾਣਿਆਂ ਦੀ ਵੰਡ ਜਿਹੜੀ ਕਰਨ ਦੀ ਸੇਵਾ ਫੇਰ ਲੈ ਲਈ ਗੁਰਮਖੋਂ ਦੂਜੇ ਪਾਸੇ ਆਇਓ ਕਿਉਂਕਿ ਪੈਰਲ ਚੱਲਣਾ ਇਹ ਕੇਵਲ ਸਿੱਖਾਂ ਦਾ ਪੱਖ ਹੈ ਲਾਹੌਰ ਦੀ ਧਰਤੀ ਤੇ ਅਬਦੁਲ ਸਮੁੰਦਖਾਂ ਆਉਂਦਾ ਪਿਆ ਇਹ ਤੋਂ ਬਾਅਦ ਆਉਂਦਾ ਹੈ ਜ਼ਕਰੀਆ ਖਾਂ ਜ਼ਕਰੀਏ ਤੋਂ ਬਾਅਦ ਆਉਂਦਾ ਹੈ ਯਈਆ ਖਾਂ ਯਈਏ ਖਾਂ ਤੋਂ ਬਾਅਦ ਆਉਂਦਾ ਹੈ ਯਈਆ ਖਾਨ ਤੋਂ ਬਾਅਦ ਆਉਂਦਾ ਹੈ ਮੀਰ ਮੰਨੂ ਕਿਉਂਕਿ ਇਸ ਵੇਲੇ ਚਾਰ ਸੂਬੇਦਾਰ ਤਕਰੀਬਨ ਬਦਲੇ ਗਏ ਹੋਰ ਵੀ ਛੋਟਪੁਟ ਥੋੜਾ ਸਮੱਸ ਲਾਹੌਰ ਰਹਿ ਪਰ ਉਸ ਵੇਲੇ ਨਾਦਰ ਦਾ ਹਮਲਾ ਸ਼ੁਰੂ ਹੋਇਆ ਨਾਦਰ ਨੇ ਤਬਾਈ ਕੀਤੀ ਹਿੰਦੁਸਤਾਨ ਦੀ ਪਰ ਗੁਰੂ ਕੇ ਲਾਲਾ ਨੇ ਉਸ ਵੇਲੇ ਜ਼ਕਰੀਆ ਸੀ ਲਾਹੌਰ ਦਾ ਸੂਬੇਦਾਰ ਨਾਦਰ ਦਿੱਲੀ ਨੂੰ ਲੁੱਟ ਕੇ ਬਾਹਰ ਨਿਕਲਦਾ ਹੈ ਤੇ ਚੇਤੇ ਰੱਖਿਓ ਜਿਹੜਾ ਆਪਣੀ ਤਲਵਾਰ ਦਾ ਮਾਣ ਕਰਦਾ ਹੈ ਗੁਰੂ ਗੋਬਿੰਦ ਸਿੰਘ ਦੀ ਲਾਡਲੇ ਫੌਜ ਉਸ ਨਾਦਰ ਦਾ ਰਸਤਾ ਲੋਕ ਲੋਕੇ ਨਾਦਰ ਨੂੰ ਵੀ ਝਾੜ ਕੇ ਅੱਗੇ ਤੋਰਦੀ ਪਈ ਹੈ ਮੈਂ ਇੱਥੇ ਇੱਕ ਇਤਿਹਾਸਕ ਘਟਨਾ ਤੁਹਾਡੇ ਨਾਲ ਸਾਂਝੀ ਕਰਦੇ ਆ ਨਾਦਰ ਨੇ ਦਿੱਲੀ ਲੁੱਟੀ ਮੁਹੰਮਦ ਸ਼ਾਹ ਰੰਗੀਲਾ ਸੀ ਉਸ ਵੇਲੇ ਦਿੱਲੀ ਦੇ ਤਖਤ ਦਾ ਵਾਰਿਸ ਨਾਦਰ ਨਾਲ ਉਹਨੇ ਸੁਲਾਹ ਕਰਨ ਦੇ ਲਈ ਆਪਣੀ ਬੱਚੀ ਦਾ ਨਿਕਾਹ ਨਾਦਰ ਦੇ ਪੁੱਤਰ ਨਾਸਰ ਨਾਲ ਕਰ ਦਿੱਤਾ ਨਾਦਰ ਸ਼ਾਹ ਦੇ ਪੁੱਤਰ ਨਾਸਰ ਨਾਲ ਇਹਦਾ ਵਿਆਹ ਹੋ ਗਿਆ ਤੇ ਨਿਕਾਹ ਤੋਂ ਬਾਅਦ ਨਾਦਰ ਸ਼ਾਹ ਦਾ ਪੁੱਤਰ ਜਦੋਂ ਖਰਮਾ ਵਿੱਚ ਗਿਆ ਮਹੱਲ ਵਿੱਚ ਗਿਆ ਤੇ ਮੁਹੰਮਦ ਸ਼ਾਹ ਰੰਗੀਲੇ ਦੀ ਕੁੜੀ ਕੋਲ ਬੈਠੀਆਂ ਹੋਈਆਂ ਕੁੜੀਆਂ ਨੇ ਨਾਦਰ ਦੇ ਪੁੱਤਰ ਨਾਸਰ ਤੋਂ ਪੁੱਛ ਲਿਆ ਆਪਣੇ ਬਾਪ ਨੂੰ ਪੁੱਛ ਕੇ ਆ ਤੇਰਾ ਕੁਰਸੀ ਨਾਮਾ ਕੀ ਹੈ ਕਿਉਂਕਿ ਨਾਦਰ ਸ਼ਾਹ ਇੱਕ ਆਜੜੀ ਦਾ ਪੁੱਤਰ ਸੀ ਇਹ ਖੁਦ ਭੇਡਾਂ ਚਾਰਦਾ ਸੀ ਉਹਨਾਂ ਕੁੜੀਆਂ ਨੇ ਟਾਂਚ ਕੀਤੀ ਜਾਂ ਪੁੱਛ ਕੇ ਆਪਣੇ ਬਾਪ ਨੂੰ ਕਿ ਤੇਰੇ ਬਾਪ ਦਾ ਕੁਰਸੀਨਾਮਾ ਕੀ ਹੈ 나ਸਰ ਨੂੰ ਪਤਾ ਸੀ ਮੈਂ ਆਜੜੀ ਦਾ ਪੁੱਤਰ ਹਾਂ ਵਾਪਸ ਆਇਆ ਤੇ ਨਾਦਰ ਸ਼ਾਹ ਨੇ ਪੁੱਛਿਆ 나ਸਰ ਬੇਟਾ ਕਿ ਤੇਰੇ ਚਿਹਰੇ ਤੇ ਕਬਰ ਹਾਟ ਕਿਉਂ ਕਹਿਣ ਲੱਗਾ ਅੱਬਾ ਜਾਨ ਉਹ ਪੁੱਛਦੇ ਪਏ ਨੇ ਤੇਰੇ ਬਾਪ ਦਾ ਕੁਰਸੀਨਾਮਾ ਕੀ ਹੈ ਪਤਾ ਸੀ ਕਿ ਤੂੰ ਆਜੜੀ ਦਾ ਪੁੱਤਰ ਹੈ ਤਾਂ ਉਹਨਾਂ ਮੈਨੂੰ ਪੁੱਛਿਆ ਕੁਰਸੀਨਾਮਾ ਕਹਿੰਦੇ ਨੇ ਨਾਦਰ ਨੇ ਆਪਣੀ ਤਲਵਾਰ ਮਿਆਨ ਵਿੱਚੋਂ ਕੱਢੀ ਉਹਨੇ ਫਾਰਸੀ ਦਾ ਇੱਕ ਸ਼ਬਦ ਕਿਹਾ ਕਹਿਣ ਲੱਗਾ ਜਾ ਕੇ ਕਹਿ ਮਨ ਮਨਾਸਰ ਵਾਪਸ ਰੇ ਨਾਦਰ ਨਾਦਰ ਪਿਸਰੇ ਸ਼ਮਸ਼ੀਰ ਮੇਰਾ ਕੁਰਸੀ ਨਾਮਾ ਕੀ ਹੈ ਮਨ ਮਨਮਦਰ ਤੇ ਮੈਂ ਨਾਸਰ ਮੇਰਾ ਨਾਮ ਨਾਸਰ ਹੈ ਵਾਪਿਸਰੇ ਨਾਦਰ ਮੈਂ ਨਾਦਰ ਦਾ ਪੁੱਤਰ ਹਾਂ ਜੇ ਨਾਦਰ ਦਾ ਕੁਰਸੀਨਾਮਾ ਪੁੱਛਣਾ ਹੈ ਤੇ ਮੇਰੀ ਤਲਵਾਰ ਲੈ ਕੇ ਜਾ ਤੇ ਉਹਨਾਂ ਕੁੜੀਆਂ ਨੂੰ ਜਾ ਕੇ ਕਹੀਂ ਮੇਰੇ ਬਾਪ ਦਾ ਕੁਰਸੀਨਾਮਾ ਤਲਵਾਰ ਹੈ ਇਹ ਤਲਵਾਰ ਵਿੱਚੋਂ ਪੈਦਾ ਹੋਏ ਬਾਹੂ ਬੱਲਨ ਆਪਣੀ ਤਲਵਾਰ ਨਾਲ ਇਹਨੇ ਦਿੱਲੀ ਫਤਿਹ ਕੀਤੀ ਖੈ ਜਿਹੜਾ ਨਾਦਰ ਕਹਿੰਦਾ ਸੀ ਮੈਂ ਤਲਵਾਰ ਦੇ ਜ਼ੋਰ ਨਾਲ ਤਲਿਆਂਵਾ ਅੱਜ ਉਹ ਨਾਦਰ ਜਦੋਂ ਦਿੱਲੀ ਨੂੰ ਲੁੱਟ ਕੇ ਤੁਰਿਆ ਹੈ ਤੇ ਚੇਤੇ ਰੱਖਿਓ ਪੰਜਾਬ ਦੀ ਧਰਤੀ ਸਿੱਖਾਂ ਨੇ ਨਿਕਲ ਨਹੀਂ ਦਿੱਤਾ ਰਸਤੇ ਵਿੱਚ ਘੇਰ ਘਿਰ ਕੇ ਨਾਦਰ ਨੂੰ ਲੁੱਟਿਆ ਨਾਦਰ ਦੀ نیند حرام ਕਰ ਦਿੱਤੀ ਇੱਥੇ ਮੈਂ ਇੱਕ ਇਤਿਹਾਸ ਦੀ ਘਟਨਾ ਤੁਹਾਡੇ ਨਾਲ ਕਹਿਣੀ ਚਾਹਨਾ ਮੀਰ ਮੰਨੂ ਨੇ ਨਾਦਰ ਦੀ ਈਨ ਮੰਨ ਲਈ ਤੇ ਜਦੋਂ ਨਾਦਰ ਲਾਹੌਰ ਪਹੁੰਚਿਆ ਤੇ ਜਾ ਕੇ ਪੁੱਛਦਾ ਮੈਨੂੰ ਦੱਸ ਖਾਂ ਮੇਰੇ ਨਾਮ ਨੂੰ ਸੁਣ ਕੇ ਹਿੰਦੁਸਤਾਨ ਦੇ ਬਾਦਸ਼ਾਹ ਕੰਬ ਉੱਠੇ ਇਕ ਕੌਣ ਨੇ ਜਿਹੜੀ ਮੇਰੀ ਫੌਜ ਨੂੰ ਰੋਕ ਕੇ ਮੈਨੂੰ ਲੁੱਟਦੇ ਪਏ ਨੇ ਤੇ ਮੀਰ ਮੰਨੂ ਨੇ ਕਿਹਾ ਇਹ ਹੁੰਦੇ ਨੇ ਸਿੱਖ ਧਿਆਨ ਦਿਆ ਜੇ ਹਕੀਕਤ ਹੈ ਕਹਿਣ ਲੱਗਾ ਇਹ ਸਿੱਖ ਨੇ ਕਹਿੰਦਾ ਇਹ ਸਿੱਖ ਨੇ ਕਹਿੰਦਾ ਜਿਹੜਾ ਮੇਰਾ ਰਸਤਾ ਰੋਕਦਾ ਇਹਨਾਂ ਦੇ ਘਰ ਕਾਠ ਨੂੰ ਅੱਗ ਲਾ ਦੇ ਮੀਰ ਮੰਨੂ ਕਹਿੰਦਾ ਘਰ ਕਾਠ ਕੀ ਫੂਕਣੇ ਨੇ ਰਹਿੰਦੇ ਘੋੜਿਆਂ ਦੀਆਂ ਕਾਠੀਆਂ ਤੇ ਨੇ ਕਹਿਣ ਲੱਗਾ ਘੋੜਿਆਂ ਦੀਆਂ ਕਾਠੀਆਂ ਤੇ ਖਾਂਦੇ ਕੀ ਨੇ ਕਹਿਣ ਲੱਗਾ ਖਾਂਦੇ ਇਹ ਨੇ ਜੇ ਲੰਗਰ ਮਿਲ ਜਾਏ ਤੇ ਨਗਾਰੇ ਵਜਾ ਕੇ ਲੰਗਰ ਖੋਰਨਾਂ ਨੂੰ ਵੀ ਸ਼ਕਾਉਂਦੇ ਨੇ ਨਾ ਮਿਲੇ ਪੱਤੇ ਖਾਂ ਕੇ ਜੜਾ ਖਾਂ ਕੇ ਫਲ ਬੂਟੇ ਖਾਂ ਕੇ ਗੁਜ਼ਾਰਾ ਕਰਦੇ ਨੇ ਕਹਿਣ ਲੱਗਾ ਇਹ ਖਤਮ ਨਹੀਂ ਹੋ ਸਕਦੇ ਤੇ ਮੀਰ ਮੰਨੂ ਨੇ ਇੱਕ ਵੈਗੁਰੂ ਜ਼ਕਰੀਏ ਨੇ ਇੱਕ ਗੱਲ ਕਹੀ ਕਹਿਣ ਲੱਗਾ ਹਕੀਕਤ ਤੇ ਵੀ ਖਤਮ ਇਸ ਕਰਕੇ ਨਹੀਂ ਹੋ ਸਕਦੇ ਕਿਉਂਕਿ ਇਹਨਾਂ ਦਾ ਮੁਰਸ਼ਿਦ ਹੋਇਆ ਹੈ ਗੁਰੂ ਗੋਬਿੰਦ ਸਿੰਘ ਉਹਨੇ ਇੱਕ ਇਹਨਾਂ ਨੂੰ ਆਬੇ ਹयात ਦੀ ਪੋਲ ਦਿੱਤੀ ਹੈ ਇਹ ਬੁਝਦਿਲ ਕਾਇਰ ਜਿਹੜੇ ਲੋਕ ਨੇ ਜਦੋਂ ਅੰਮ੍ਰਿਤ ਪਾਣ ਕਰਦੇ ਨੇ ਤੇ ਤੇਰੇ ਵਰਗਿਆਂ ਦਾ ਰਸਤਾ ਰੋਕ ਲੈਂਦੇ ਨੇ ਤੇ ਨਾਦਰ ਨੇ ਜਾਂਦਿਆ ਇੱਕ ਗੱਲ ਕੀ ਕਹਿੰਦਾ ਇਹਦਾਂ ਤੂੰ ਸੁਚੇਤ ਰਹੀਂ ਜਿਹੜੇ ਗੁਣ ਤੂੰ ਇਹਨਾਂ ਤੋਂ ਦੱਸਨੇ ਇਹਨਾਂ ਵਿੱਚੋਂ ਰਾਜ ਕਰਨ ਦੀ ਬੋਪਈ ਆਉਂਦੀ ਹੈ ਕਿਸੇ ਦਿਨ ਇਸ ਧਰਤੀ ਦੇ ਰਾਜੇ ਬਣ ਕੇ ਉੱਥੇ ਜ਼ਕਰੀਏ ਨਾਲ ਜਿਹੜੇ ਸਵਾਲ ਜਵਾਬ ਹੋਏ ਉਹਨੂੰ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਮੁਰਸ਼ਿਦ ਇਨਕਾ ਵਲੀ ਭਇਓ ਖੈ ਇਨ ਕੋ ਆਬੇ ਖਿਆਤ ਦਿਉਖ ਹੈ ਐਸੀ ਗਯੋ ਕਲਾਮ ਬਤਾਇ ਹੈ ਜਿਸ ਸੇ ਸੁਦਾ ਬਨਾਈਏ ਲੈ ਹੈ ਸੋਏ ਪਿਲਾਏ ਲੋਗਣ ਕੈ ਤਾਈ ਸਿਆਰਨ ਤੇ ਸਿੰਘ ਲੈਤ ਬਨਾਈ ਤੇ ਜ਼ਕਰੀਆ ਕਹਿੰਦਾ ਗਜ਼ਬ ਅਸਰ ਤਿਸ਼ਕਾ ਹਮ ਦੇਖਾਂ ਬੁਜਦਿਲ ਖੋਵਤ ਸ਼ੇਰ ਬਿਸ਼ੇਖਾਂ ਅਸੀਂ ਅਮਰਤ ਦੀ ਸ਼ਕਤੀ ਵੇਖੀਏ ਨਾਦਰ ਇੱਕ ਕਾਇਰ ਵੀ ਅਮਰਤ ਸ਼ੱਕ ਕੇ ਸਵਾ ਲੱਖ ਦਾ ਰਸਤਾ ਰੋਕ ਸਕਦੇ ਨਾਦਰ ਇਨੀ ਗੱਲ ਕਹਿ ਕੇ ਗਿਆ ਕਹਿੰਦਾ ਗੱਲ ਸੁਣ ਮੈਂ ਚੱਲਿਆ ਵਾਂ ਪਰ ਚੇਤੇ ਰੱਖੀ ਇਹ ਕਿਸੇ ਦਿਨ ਇਸ ਧਰਤੀ ਦੇ ਰਾਜੇ ਹੋਣਗੇ ਮਾਲਕ ਹੋਣਗੇ ਨਾਦਰ ਨੇ ਇਸ਼ਾਰਾ ਕਰ ਦਿੱਤਾ ਜ਼ਕਰੀਏ ਨੇ ਇਹਦੇ ਅਰਥ ਆਪਣੇ ਕੱਢੇ ਉਹਨੇ ਉਸ ਵੇਲੇ ਜ਼ੁਲਮ ਦਾ ਦੌਰ ਚਲਾ ਦਿੱਤਾ ਗੁਰਮਖੋ ਇਸੇ ਸਮੇਂ ਦੇ ਦਰਮਿਆਨ ਗੁਰੂ ਕੇ ਲਾਲ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਉਤਾਰੀ ਗਈ ਇਸੇ ਸਮੇਂ ਦੇ ਦਰਮਿਆਨ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਬੰਦ-ਬੰਦ ਕਟਿਆ ਗਿਆ ਮੈਂ ਦੋਨੋਂ ਉਦਾਹਰਨਾ ਦੇ ਕੇ ਅੱਗੇ ਤੁਰਨਾ ਕਿਉਂਕਿ ਇਸ ਇਤਿਹਾਸ ਵਿੱਚ ਉਹਨਾਂ ਦਾ ਨਾਂ ਲੈਣਾ ਅਤ ਜ਼ਰੂਰੀ ਸੀ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਬੰਦ-ਬੰਦ ਕਟਿਆ ਤੇ ਬੰਦ-ਬੰਦ ਕੱਟਦੇ ਇੱਕ ਗੱਲ ਕਹੀ ਸੀ ਜਲਾਦ ਨੇ ਕਿ ਦੇਖ ਭਾਈ ਮਨੀ ਸਿੰਘ ਨੂੰ ਕਿ ਇਹ ਸ਼ਰੀਰ ਪਰਤ ਕੇ ਨਹੀਂ ਲੱਭਣਾ ਅੱਜ ਜੇ ਬਚਾ ਸਕਣਾ ਆਪਣੇ ਤਨ ਨੂੰ ਬਚਾ ਲੈ ਤੇ ਜਦੋਂ ਇਹ ਸ਼ਬਦ ਗੁਰੂ ਕੇ ਲਾਲ ਦੇ ਕੰਨਾਂ ਵਿੱਚ ਪਏ 80 ਸਾਲ ਤੋਂ ਉੱਪਰ ਉਮਰ ਉਸ ਗੁਰੂ ਕੇ ਸਿੱਖ ਦੀ ਦੁੱਧ ਵਰਗਾ ਚਿੱਟਾ ਦਾੜਾ ਤੇ ਲਾਹੌਰ ਚੌਂਕ ਵਿੱਚ ਬੈਠਾ ਕਹਿੰਦਾ ਪਿਆ ਉਹ ਸਜਣਾ ਇਹ ਸਰੀਰ ਤਾਂ ਕਈ ਵਾਰੀ ਮਲਿਆ ਤੇ ਕਈ ਵਾਰੀ ਫਿਰ ਮਿਲੇਗਾ ਪਰ ਚੇਤੇ ਰੱਖੀ ਆ ਗੁਰੂ ਕਲਗੀ ਵਾਲੇ ਦੀ ਸਿੱਖੀ ਕਈ ਜਨਮਾਂ ਤੋਂ ਬਾਅਦ ਮਿਲਦੀ ਖੈ ਬੰਦ-ਬੰਦ ਮੈਂ ਕਟਵਾ ਸਕਣਾ ਪਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਤੋਂ ਮੈਂ ਮੂੰਹ ਕਦੀ ਨਹੀਂ 모ੜਾਂਗਾ ਗੁਰੂ ਕੇ ਸਿੱਖੋ ਉਸ ਵੇਲੇ ਜ਼ਲਾਦ ਨੇ ਪਹਿਲਾ ਟੋਕਾ ਮਾਰਨ ਲੱਗਾ ਭਾਈ ਸਾਹਿਬ ਦੇ ਗੁੱਟ ਤੇ ਆਉਣਾ ਸੀ ਵੱਡੇ ਕੱਲੂ ਘਾਰੇ ਤੇ ਵੇ ਪਰ ਇਤਿਹਾਸ ਦੀਆਂ ਇਹਨਾਂ ਘਟਨਾਵਾਂ ਨੂੰ ਅੱਖਾਂ ਤੋਲੇ ਕਰਕੇ ਨਹੀਂ ਜਦੋਂ ਉਹਨੇ ਚੁੱਕਿਆ ਤੇ ਭਾਈ ਸਾਹਿਬ ਨੇ ਖੱਤ ਰੋਕ ਕੇ ਕਿਹਾ ਤੈਨੂੰ ਹੁਕਮ ਹੈ ਕਿ ਬੰਦ ਬੰਦ ਤੂੰ ਘਟਨਾ ਹੈ ਇਹ ਬੰਦ ਨਹੀਂ ਪਹਿਲਾ ਬੰਦ ਇਥੋਂ ਸ਼ੁਰੂ ਹੁੰਦਾ ਹੈ ਤੂੰ ਬੰਦ ਬੰਦ ਕੱਟੀ ਮੈਂ ਬੰਦ ਬੰਦ ਕਟਾਵਾਂਗਾ ਤੇ ਜਲਾਹ ਦੇਖ ਕੇ ਕਹਿਣ ਲੱਗਾ ਬੰਦ ਬੰਦ ਕਟਾ ਕੇ ਤੈਨੂੰ ਮਿਲੇਗਾ ਕੀ ਉਹ ਸਵੇਰੇ ਗੁਰੂ ਕੇ ਲਾਲ ਦੇ ਸ਼ਬਦ ਸਨ ਕਹਿਣ ਲੱਗੇ ਅੰਗ ਅੰਗ ਤੇ ਮੇਰੇ ਤੂੰ ਕਾਤਲ ਖੰਜਰ ਜਦੋਂ ਚਲਾਏਗਾ ਕੱਟ ਕੱਟ ਕੇ ਬੰਦ ਤੂੰ ਮੇਰੇ ਧਰਤੀ ਜਦੋਂ ਵਗਾਏਗਾ ਦਰਦ ਪਿਆਲੇ ਭਰ-ਭਰ ਕੇ ਸੀ ਜਾਮ ਵਾਂਗ ਪੀ ਜਾਵਾਂਗੇ ਸੁਣ ਕਾਤਲ ਅਸੀਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ ਤੂੰ ਕੱਟ ਤਾਂ ਸਹੀ ਮੇਰਾ ਬੰਦ ਬੰਦ ਮੈਂ ਜਾਮ ਦੇ ਪਿਆਲੇ ਭਰ ਕੇ ਪੀਾਂਗਾ ਤੇ ਨਾਲ ਉਹਨਾਂ ਨੇ ਇੱਕ ਸ਼ਬਦ ਕਿਹਾ ਕਹਿ ਲੱਗੇ ਦੇਹੀ ਕਿਸ ਕੀ ਬਾਪਰੀ ਜੇ ਸਿੱਕੀ ਸਾਬਤ ਹੋਏ ਪ੍ਰਚੀਨ ਪੰਥ ਪ੍ਰਕਾਸ਼ ਗੁਰਮਖੋ ਸਰੀਰ ਤੋਂ ਵੱਡੀ ਬੰਦੇ ਦੇ ਨੇੜੇ ਕੋਈ ਚੀਜ਼ ਨਹੀਂ ਪਰ ਸਿੱਖ ਵਾਸਤੇ ਸਰੀਰ ਨੇੜੇ ਨਹੀਂ ਸਿੱਖ ਵਾਸਤੇ ਗੁਰੂ ਗੋਬਿੰਦ ਸਿੰਘ ਦੀ ਸਿੱਕੀ ਸਰੀਰ ਤੋਂ ਨੇੜੇ ਹੈ ਸਰੀਰ ਤੋਂ ਵੱਧ ਪਿਆਰ ਸਿੱਖੀ ਨੂੰ ਕਰਦਾ ਕਹਿਣ ਲੱਗੇ ਦੇਹ ਕਿਸ ਕੀ ਬਾਪਰੀ ਜੇ ਸਿੱਕੀ ਸਾਬਤ ਹੋਏ ਦੇਹੀ ਤੋਂ ਆਮਨ ਜਾਣ ਹੈ ਸਿੱਕੀ ਮਿਲੈ ਕਬ ਕੋਏ ਸਿੱਕੀ ਕਦੀ ਕਦੀ ਮਿਲੇਗੀ ਦੇਹੀ ਤਾਂ ਕਈ ਵਾਰੀ ਮਿਲੀ ਤੇ ਕਈ ਵਾਰੀ ਖੋ ਸਕਦਾ ਗਈ ਸਿੱਖੀ ਨਹੀਂ ਉਹ ਰੋਜ਼ ਰੋਜ਼ ਮਿਲਦੀ ਸੱਚ ਜਾਣਿਓ ਗੁਰਮਖੋ ਤੁਸੀਂ ਜਿੱਤਨੇ ਵੀ ਬੈਠੇ ਕੋ ਇਹ ਮਤ ਸਮਝੋ ਕਿ ਜੀਵਨ ਖੈ ਆਖਰ ਸਾਡੇ ਘਰਾਂ ਵਿੱਚ ਇੱਕ ਦਿਨ ਮੌਤ ਸਾਨੂੰ ਜ਼ਰੂਰ ਗਰਾਸ ਬਣਾਏਗੀ ਇਸ ਤਨ ਨੇ ਨਹੀਂ ਰਹਿਣਾ ਪਰ ਬਾਬੇ ਨਾਨਕ ਦੀ ਸਿੱਖੀ ਨੂੰ ਕਮਾਲੋ ਸ਼ਬਦ ਨੂੰ ਕਮਾਲੋ ਤਨ ਚਲਾ ਜਾਏਗਾ ਪਰ ਸਿੱਖੀ ਤਾਂ ਬੰਦ-ਬੰਦ ਕੱਟਣ ਤੋਂ ਬਾਅਦ ਵੀ ਨਾਲ ਨਿਭਦੀ ਹੈ ਬੰਦ-ਬੰਦ ਕਟਿਆ ਗਿਆ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋਇਆ ਲੋਕਾਂ ਦੇ ਭਾਣੇ ਲਹੂ ਦੇ ਪ੍ਰਣਾਲੇ ਛੜੇ ਪਰ ਸਿੱਖ ਦੀ ਜ਼ਬਾਨ ਕਹਿ ਰਹੀ ਸੀ ਸਿਮਰਾਂ ਸਿਮਰ ਸਿਮਰ ਸੁਖ ਪਾਵੂੰ ਕਲ ਕਲੇਸ਼ ਤਨ ਮੈਂ ਮਿਟਾਵੂੰ ਪਹਿਲਾ ਟੋਕਾਂ ਵੱਜਿਆ ਤੇ ਕਹਿ ਰਿਆ ਸਿਮਰਾਂ ਸਿਮਰ ਸਿਮਰ ਸੁਖ ਪਾਵੂੰ ਕਲ ਕਲੇਸ਼ ਤਨ ਮੈਂ ਮਿਟਾਵੂੰ ਪੜੀ ਜਾ ਰਿਆ ਨੈ ਕਿਛ ਜਨਮੈ ਨੈ ਕਿਛ ਮਰੈ ਆਪਨ ਚਲਤ ਆਪੀ ਕਰੈ ਪੜੀ ਜਾ ਰਿਆ ਜਿਸ ਕੀ ਬਸਤ ਤਿਸ ਆਗੈ ਰੱਖੈ ਪ੍ਰਭ ਕੀ ਆਗਿਆ ਮੰਨੈ ਮਾਥੈ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦੇ ਹਨ ਇਸ ਗੁਰੂ ਕੇ ਲਾਲ ਦਾ ਬੰਦ-ਬੰਦ ਕਰ ਦਿੱਤਾ ਗਿਆ ਦੂਸਰੀ ਉਦਾਹਰਨ ਮੈਂ ਅਰਜ਼ ਕਰਦਿਆਂ ਫਿਰ ਉਹਨਾਂ ਵਾਪਸ ਸਰਦਾਰ ਜੀ ਦੇ ਜੀਵਨ ਵੱਲ ਭਾਈ ਤਾਰੂ ਸਿੰਘ ਉਹਨਾਂ ਦੀ ਖੋਪੜੀ ਉਤਾਰੀ ਗਈ ਸਿਰ ਮੈਂ ਟੂਕ ਮਾਤਰ ਸਮਾ ਲੈ ਰਿਆਂ ਕਸੂਰ ਕੀ ਸੀ ਕਿ ਤੂੰ ਆਪਣੇ ਕੇਸ ਸਾਨੂੰ ਦੇ ਦੇ ਕੇਸ ਤੇਰੇ ਕੱਟੇ ਜਾਣਗੇ ਗੁਰਮਖੋ ਤਵਾਰੀਖ ਦੇ ਪੰਨੇ ਪੜ੍ਹ ਕੇ ਦੇਖੋ ਖੋਪੜੀ ਤੋਂ ਬਿਨਾ ਉਹਨਾਂ ਦੀ ਖੋਪੜੀ ਮੱਥੇ ਦੇ ਨਾਲ ਰੰਬੀ ਲਾ ਕੇ ਕੰਨ ਦੇ ਥੱਲੇ ਸਾਰੀ ਚੀਰੀ ਗਈ ਸੀ ਖੋਪੜੀ ਉਤਾਰੀ ਤੇ ਨਾਲ ਹੀ ਜਕਰੀਏ ਨਿਕਿਆ ਕਹਿਣ ਲੱਗਾ ਖੋਪੜੀ ਉਤਾਰਨ ਤੋਂ ਪਹਿਲਾਂ ਤੂੰ ਖੋਪੜੀ ਦਾ ਕੇਸਾਂ ਦਾ ਮਾਨ ਕਰਨਾ ਹੈ ਮੈਂ ਆਪਣੇ ਪੈਰਾਂ ਦੀ ਜੁੱਤੀ ਨਾਲ ਤੇਰੇ ਕੇਸ ਉਡਾ ਦੇਵਾਂਗਾ ਉਸ ਗੁਰੂ ਕੇ ਲਾਲ ਦੀ ਜ਼ਬਾਨ ਤੋਂ ਉਤਰ ਸੀ ਉਸ ਸੂਬੇਦਾਰਾਂ ਤੂੰ ਤਾਂ ਮੇਰੀ ਖੋਪੜੀ ਤੇ ਜੁੱਤੀ ਕੀ ਲਜਾਣੀ ਏ ਪਰ ਚੇਤੇ ਰੱਖੀ ਮੈਂ ਆਪਣੀ ਜੁੱਤੀ ਨਾਲ ਤੈਨੂੰ ਸੰਸਾਰ ਤੋਂ ਅੱਗੇ ਲਿਜਾ ਕੇ ਲਿਜਾਵਾਂਗਾ ਮੈਂ ਆਪਣੀ ਜੁੱਤੀ ਨਾਲ ਤੈਨੂੰ ਲੈ ਕੇ ਜਾਵਾਂਗਾ ਸੰਸਾਰ ਤੋਂ ਆਪਣੇ ਅੱਗੇ ਲਾ ਕੇ ਸਪਾਈ ਸਹ ਭਾਈ ਤਾਰੂ ਸਿੰਘ 22 ਦਿਨ ਖੋਪੜੀ ਤੋਂ ਬਿਨਾ ਜਿੰਦੇ ਰਹੇ ਨੇ ਇੱਕ ਦਿਨ ਨਹੀਂ 22 ਦਿਨ ਚਿੱਕੜ ਵਾਲੀ ਥਾਂ ਤੇ ਸਟਿਆ ਭਾਈ ਸਾਹਿਬ ਨੂੰ ਖੂਨ ਦਾੜੇ ਤੇ ਜੰਮਿਆ ਕਿਉਂਕਿ ਮਾਂ ਨੇ ਤੁਰਦਿਆਂ ਇੱਕੋ ਗੱਲ ਕਹੀ ਸੀ ਮੇਰੇ ਪੁੱਤਰ ਮੈਂ ਦੁੱਧ ਦਈਆਂ ਨਾਲ ਤੇਰੇ ਕੇਸ ਬਾਲੇ ਨੇ ਤੇਰੀ ਸ਼ਹਾਦਤ ਦੀ ਖਬਰ ਤਾਂ ਮਿਲੇ ਮੈਂ ਜਰ ਲਾਂਗੀ ਪਰ ਮੇਰੇ ਤੋਂ ਇਹ ਨਹੀਂ ਜਰਿਆ ਜਾਣਾ ਕਿ ਤੇਰੇ ਤਾਰੂ ਸਿੰਘ ਨੇ ਸਿੱਖੀ ਤੋਂ ਡੋਲ ਗਿਆ ਉਹਨੇ ਇਹਨ ਕਬੂਲ ਨਹੀਂ ਗੁਰਮਖੋ ਸਿਰ ਤੇ ਹੱਥ ਰੱਖ ਕੇ ਪਿਆਰ ਦੇ ਕੇ ਮਾਂ ਨੇ ਤੋਰਿਆ 22 ਦਿਨ ਖੋਪੜੀ ਤੋਂ ਬਿਨਾ ਜਿੰਦਾ ਰਿਹਾ ਗੁਰੂ ਦਾ ਲਾਲ ਕੇਵਲ ਪਾਣੀ ਦੇ ਅਸਰੇ 21 ਦਿਨ ਸ਼ਾਮ ਨੂੰ ਜਦੋਂ ਜਕਰੀਏ ਨੂੰ ਪੰਨ ਪਿਆ ਪੇਸ਼ਾਬ ਦਾ ਭਾਈ ਤਾਰੂ ਸਿੰਘ ਦੀ ਜੁੱਤੀ ਉਹਦੇ ਸਿਰ 'ਚ ਮਾਰੀ ਗਈ 21 ਦਿਨ ਜਕਰੀਆ ਮਰਦਾ ਪਿਆ ਤੇ 22 ਦਿਨ ਭਾਈ ਸਾਹਿਬ ਭਾਈ ਤਾਰੂ ਸਿੰਘ ਸ਼ਬੇਕ ਸਿੰਘ ਨੂੰ ਆਨ ਨੂੰ ਕਹਿੰਦੇ ਪਏ ਨੇ ਅੰਮ੍ਰਿਤਸਰ ਦੀ ਧਰਤੀ ਦਾ ਜਲ ਲਿਆਓ ਅੱਜ ਇਸ਼ਨਾਨ ਕਰਕੇ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਚਲੇ ਜਾਣਾ ਮੇਰਾ ਪਰਨ ਪੂਰਾ ਹੋਇਆ ਸਿੱਖ ਦੇ ਕੇਸਾ ਨੂੰ ਉਡਾਏਗਾ ਕਮਾਈ ਖੋਵੇ ਤੇ ਸਿੱਖ ਦੇ ਬੋਲ ਅਟਲਾਦਾ ਨੇ ਕਮਾਈ ਨਾ ਖੋਵੇ ਤੇ ਗੱਲਾਂ ਫਿੱਕੀਆਂ ਨੇ ਭਾਈ ਤਾਰੂ ਸਿੰਘ ਸ਼ਹੀਦ ਹੋਏ ਇਸ ਤੋਂ ਅੱਗੇ ਚੱਲੋ ਹਕੀਕਤ ਰਾਇ ਵਰਗਾ ਉਹਨੂੰ ਸ਼ਹੀਦ ਕੀਤਾ ਗਿਆ ਭਾਈ ਸ਼ਬੇਕ ਸਿੰਘ ਤੇ ਭਾਈ ਸ਼ਾਬਾਸ਼ ਸਿੰਘ ਦੋਨਾਂ ਪਿਓ ਪੁੱਤਰਾਂ ਨੂੰ ਚਰਖੜੀ ਤੇ ਚਾੜਿਆ ਗਿਆ ਤੇ ਇੱਥੇ ਬਸ ਨਹੀਂ ਇਸੇ ਸਮੇਂ ਦੇ ਦਰਮਿਆਨ ਗੁਰੂ ਕੇ ਸਿੱਖੋ ਉਹ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਜਿਨ੍ਹਾਂ ਨੂੰ ਲਾਹੌਰ ਮੀਰ ਮੰਨੂ ਨੇ ਕੈਦ ਕੀਤਾ ਇਹ 1718 ਤੋਂ ਲੈ ਕੇ 1783 ਦੇ ਦਰਮਿਆਨ ਸਰਦਾਰ ਜੱਸਾ ਸਿੰਘ ਦੇ ਜੀਵਨ ਨਾਲ ਹੀ ਸੰਬੰਧਿਤ ਘਟਨਾਵਾਂ ਨੇ ਸਭ ਕੁਝ ਅੱਖੀ ਦੇਖਿਆ ਸੁਣਿਆ ਉਹਨਾਂ ਬੀਬੀਆਂ ਨੂੰ ਕੈਦ ਕੀਤਾ ਗਿਆ ਸਵਾ ਸਵਾ ਮਨਪੀਸ ਨੇ ਦਿੱਤੇ ਗਏ ਜਦੋਂ ਗੁਰੂ ਕੇ ਸ਼ਬਦ ਪੜ੍ਹਦੀਆਂ ਰਹੀਆਂ ਤੇ ਬੱਚਿਆਂ ਨੂੰ ਖੋ ਕੇ ਉੱਚਿਆਂ ਛੱਟ ਕੇ ਟਿੱਖੇ ਨੇਜਿਆਂ ਵਿੱਚ ਪਰੋਇਆ ਗਿਆ ਟੁਕੜੇ ਕਰਕੇ ਆਂਦਰਾਂ ਦੇ ਖਾਰ ਮਾਈਆਂ ਦੇ ਗਲੇ ਵਿੱਚ ਪਾਏ ਦਿਨੇ ਪੁੱਤਰ ਦਾ ਹਾਰ ਗਲੇ ਵਿੱਚ ਪਾਇਆ ਤੇ ਸ਼ਾਮ ਨੂੰ ਸੋਦਰ ਦਾ ਪਾਠ ਕਰਕੇ ਕਹਿੰਦੀ ਸੀ ਕਲਗੀ ਵਾਲਿਆ ਤੇਰੇ ਭਾਣੇ ਨਾਲ ਚਾਰ ਪੈ ਦਿਨ ਸੁੱਖ ਦਾ ਬਤੀਤ ਹੋਇਆ ਮੇਰ ਕਰੀ ਚਾਰ ਪੈ ਰਾਤ ਆਈ ਹੈ ਆਪਣੀ ਭਾਣੀ ਵਿੱਚ ਬਤੀਤ ਕਰ ਲਵੀ ਜਿਸ ماں ਲਈ ਪੁੱਤਰ ਦੇ ਟੁਕੜੇ ਵਾਲਾ ਦਿਨ ਵੀ ਸੁੱਖ ਦਾ ਹੈ ਉਹਨੇ ਜਾ ਕੇ ਕਹਿ ਦਿੱਤਾ ਸੀ ਸੂਏ ਨੇ ਮੀਰ ਮੰਨੂ ਸਿੱਖਾਂ ਲਈ ਦੁੱਖ ਦਾ ਦਿਨ ਨਹੀਂ ਬਣਿਆ ਪੁੱਤਰ ਦੀ লাশ ਝੋਲੀ ਚ ਪਾ ਕੇ ਵੀ ਜੇ ਸੁਖ ਦੇ ਗੀਤ ਗਾਉਂਦੀਏ ਤੇ ਦੁੱਖ ਇਹਦੇ ਲਈ ਕਿਦਨ ਆਵੇਗਾ ਇਹ ਸਰਦਾਰ ਜੀ ਦੇ ਵਕਤ ਦਾ ਸਮਾਂ ਸੀ ਇਧਰ ਸਰਦਾਰ ਕਪੂਰ ਸਿੰਘ ਉਹਨਾਂ ਨੂੰ ਨਵਾਬੀ ਦਿੱਤੀ ਗਈ ਜਦੋਂ ਨਵਾਬੀ ਦਿੱਤੀ ਗਈ ਉਸ ਵੇਲੇ ਸਰਦਾਰ ਜੱਸਾ ਸਿੰਘ ਆਲੋਵਾਲੀਆਂ ਆਪ ਉੱਥੇ ਮੌਜੂਦ ਸਨ ਗੁਰਮਖੋ ਨਵਾਬੀ ਮਿਲਦਿਆਂ ਇਸ ਗੁਰੂ ਕੇ ਲਾਲ ਨੇ ਅਜ ਵਰਗੀਆਂ ਪਦਵੀਆਂ ਨਹੀਂ ਇਹਦੇ ਵਿੱਚ ਕੋਈ ਗੁੱਸਾ ਵੀ ਮਨਾਜੇ ਤੇ ਆਪੋ ਆਪਣੀ ਬਿਰਤੀ ਖੈ ਅੱਜ ਅਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਗੱਦੀ ਵੱਲ ਦੇਖਨੇ ਆ ਕਿ ਮੈਨੂੰ ਗੁਰਦੁਆਰੇ ਵਿੱਚ ਰਹਿ ਕੇ ਗੱਦੀ ਕਿਵੇਂ ਮਿਲ ਸਕਦੀ ਖੈ ਨਹੀਂ ਉਸ ਵੇਲੇ ਸਿੱਖ ਗੱਦੀ ਤੇ ਬੈਠਾ ਕਹਿੰਦਾ ਸੀ ਬਾਬਾ ਮੈਨੂੰ ਗੱਦੀ ਨਹੀਂ ਚਾਹੀਦੀ ਮੈਨੂੰ ਤੇ ਕੇਵਲ ਤੇਰੀ ਗੋਦੀ ਚਾਹੀਦੀ ਹੈ ਅਸੀਂ ਗੋਦੀ ਵਿੱਚ ਬੈਠ ਕੇ ਗੱਦੀ ਵੱਲ ਵੇਖਨੇ ਆ ਉਹ ਗੱਦੀ ਤੇ ਬੈਠੇ ਗੋਦੀ ਮੰਗਦੇ ਪੈ ਸਨ ਸਰਦਾਰ ਕਪੂਰ ਸਿੰਘ ਜੀ ਨੂੰ ਜਦੋਂ ਨਵਾਬੀ ਕਿਸੇ ਨਾਲ ਲਈ ਤੇ ਸਰਦਾਰ ਕਪੂਰ ਸਿੰਘ ਪੱਖਾਂ ਪੈ ਚੱਲਦੇ ਸਨ ਕਹਿਣ ਲੱਗੇ ਉਹਨੂੰ ਨਵਾਬੀ ਦਿਓ ਜਿਹੜਾ ਐਸਵਲ ਸੇਵਾ ਪਿਆ ਕਰਦਾ ਹੈ ਕਪੂਰ ਸਿੰਘ ਜੀ ਨੂੰ ਹੁਕਮ ਕਰ ਦਿੱਤਾ ਗਿਆ ਨਵਾਬੀ ਤੁਹਾਨੂੰ ਲੈਣੀ ਪੈਗੀ ਤੇ ਸਰਦਾਰ ਜੀ ਨੇ ਨਵਾਬੀ ਤਾਂ ਲਈ ਪਰ ਨਾਲ ਇਹ ਕਿਹਾ ਖਾਲਸਾ ਜੀ ਇੱਕ ਗੱਲ ਚੇਤੇ ਰੱਖਿਓ ਕੱਲ ਨੂੰ ਨਵਾਬੀ ਖੁੱਸ ਜਾਏ ਤੇ ਇਹ ਮੈਨੂੰ ਨਵਾਬ ਕਹਿਣਾ ਬੰਦ ਨਹੀਂ ਕਰਨਾ ਕਿਉਂਕਿ ਤੁਸੀਂ ਨਵਾਬੀ ਮੈਨੂੰ ਦਿੰਦੇ ਪਿਆ ਮੈਂ ਸਰਕਾਰ ਦੀ ਨਵਾਬੀ ਨਹੀਂ ਮੰਨਦਾ ਪਿਆ ਉਹਨਾਂ ਕਹਿੰਦੇ ਜੀ ਬਿਲਕੁਲ ਠੀਕ ਕਹਿਣ ਲੱਗੇ ਦੂਜੀ ਗੱਲ ਇਹ ਅੱਜ ਮੈਨੂੰ ਨਵਾਬ ਬਣਾ ਕੇ ਕੱਲ ਨੂੰ ਕਹੋ ਤੂੰ ਘੋੜਿਆਂ ਦੀ ਲਿੱਦ ਨਹੀਂ ਸਟਣੀ ਤੇ ਆਪਣੀ ਨਵਾਬੀ ਕੋਲ ਰੱਖੋ ਮੈਂ ਘੋੜਿਆਂ ਦੀ ਸੇਵਾ ਕਰਾਂਗਾ ਮੈਂ ਲੰਗਰ ਤੇ ਭਾਂਡੇ ਮਾਜਾਂਗਾ ਮੈਂ ਸੰਗਤ ਲਈ ਪਾਣੀ ਲਿਆਵਾਂਗਾ ਜੇ ਮੇਰਾ ਝਾੜੂ ਮੇਰੀ ਸੇਵਾ ਪ੍ਰਵਾਨ ਤੇ ਤਾਂਵੇਂ ਨਵਾਬੀ ਪ੍ਰਵਾਨ ਕਰਨਾ ਖਾਲਸੇ ਨੇ ਕਿਹਾ ਪ੍ਰਵਾਨ ਖੈ ਨਵਾਬੀ ਦੀ ਪੱਗ ਮਿਲੀ ਖਿਲਤ ਮਿਲੀ ਤੇ ਭਾਈ ਸਾਹਿਬ ਭਾਈ ਕਪੂਰ ਸਿੰਘ ਨੇ ਉੱਠ ਕੇ ਕਿਹਾ ਕਿ ਪੰਜ ਗੁਰੂ ਕੇ ਲਾਲ ਖੜੇ ਖੋਣ ਪੰਜ ਪਿਆਰੇ ਜੀਵਨ ਵਾਲੇ ਚੁਣੇ ਗਏ ਕਹਿਣ ਲੱਗੇ ਮੈਂ ਪੱਗ ਤਾਂ ਸਿਰ ਤੇ ਬੰਨਣੀ ਹੈ ਪਹਿਲਾਂ ਤੁਸੀਂ ਆਪਣੇ ਚਰਨਾਂ ਨਾਲ ਲਾ ਲਹਿੰਦੇ ਪੰਜਾਂ ਦੇ ਚਰਨਾਂ ਨਾਲ ਦਸਤਾਰ ਲਾਈ ਸਿਰ ਤੇ ਬੰਨੀ ਤੇ ਜਿਹੜਾ ਮੁਸਲਮਾਨ ਨਾਲ ਦੇਣ ਆਇਆ ਸੀ ਨਵਾਬੀ ਉਹਨੇ ਪੁੱਛ ਲਿਆ ਕਹਿਣ ਲੱਗਾ ਆ ਸਾਡੇ ਵਿੱਚ ਇੰਨਾ ਮਾਣ ਦਿੱਤਾ ਜਾਂਦਾ ਹੈ ਤੇ ਨਵਾਬ ਦੀ ਪਦਵੀ ਸੂਬੇਦਾਰ ਵੱਲੋਂ ਮਿਲੇ ਤੇਨੂੰ ਪੈਰਾਂ ਵਿੱਚ ਤੇ ਸਰਦਾਰ ਕਪੂਰ ਸਿੰਘ ਹੱਸ ਕੇ ਕਹਿ ਲੱਗੇ ਏਹੋ ਜਿਹਿਆਂ ਨਵਾਬੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਵਿੱਚ ਰਲਦੀਆਂ ਹਨ ਚੇਤੇ ਰੱਖੀ ਇਹ ਧੂੜ ਵਿੱਚੋਂ ਨਿਲਮਿਲੀ ਕੋਈ ਨਵਾਬੀ ਖੈ ਉਸ ਸਮੇਂ ਦੇ ਦਰਮਿਆਨ ਗੁਰੂ ਕੇ ਸਿੱਖੋ ਦੋ ਪ੍ਰਾਸਨ ਕਲਾ ਨੌਰ ਦੇ ਰਹਿਣ ਵਾਲੇ ਇਹਨਾਂ ਵਿੱਚੋਂ ਇੱਕ ਸੀ ਜਸਪਤ ਰਾਏ ਦੂਜਾ ਸੀ ਲਖਪਤ ਰਾਏ ਜਿਹੜਾ 1746 ਦਾ ਛੋਟਾ ਕੱਲੂ ਕਾਰਾ ਹੋਇਆ ਹੈ ਸਰਦਾਰ ਜਸਨਾ ਸਿੰਘ ਦੀ ਰਾਜਸੀ ਤਾਕਤ ਵਾਧੀ ਪਈ ਹੈ ਸਰਦਾਰਾਂ ਵਿੱਚ ਇਹਦਾ ਨਾਮ ਪਿਆ ਬੰਦ ਹੈ 1746 ਤੋਂ ਪਹਿਲਾਂ ਲਖਪਤ ਰਾਏ ਦਾ ਭਰਾ ਜਸਪਤ ਰਾਏ ਕਲਾ ਨੌਰ ਦਾ ਰਹਿਣ ਵਾਲਾ ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ ਇੱਕ ਥਾਂ ਤੇ ਜਥਾ ਟਿਕਿਆ ਸੀ ਜਸਪਤ ਰਾਏ ਨੂੰ ਪਤਾ ਲੱਗਾ ਇਹ ਸਿੰਘਾਂ ਨੂੰ ਘੇਰ ਕੇ ਮਾਰਨਾ ਚਾਹੁੰਦਾ ਸੀ ਸਿੰਘਾਂ ਨੇ ਕਿਹਾ ਵੀ ਸਾਨੂੰ ਥੋੜਾ ਜਿਹਾ ਸਮਾਂ ਠਹਿਰ ਲੈਣ ਦੇ ਕਈ ਦਿਨਾਂ ਦੇ ਭੁੱਖੇ ਆ ਅੱਜ ਅਸੀਂ ਪ੍ਰਸ਼ਾਦ ਲੰਗਰ ਤਿਆਰ ਛਕਣਾ ਹੈ ਛੱਕ ਕੇ ਚਲੇ ਜਾਾਂਗੇ ਤੇ ਜਸਪਤ ਰਾਏ ਦਾ ਉੱਤਰ ਤੀ ਸੁਹੀ ਮੇਰੇ ਇਲਾਕੇ ਵਿੱਚ ਲੰਗਰ ਦੀ ਗੱਲ ਕਰਦੇ ਹੋ ਮੈਂ ਤਾਂ ਤੁਹਾਡਾ ਖੁਰਾ ਖੋਜ ਮਿਟਾ ਦੇਣਾ ਹੈ ਜਸਪਤ ਰਾਏ ਨੇ ਘੇਰਾ ਪਾਇਆ ਜਦੋਂ ਸਿੰਘਾਂ ਨੂੰ ਘੇਰ ਕੇ ਇਹ ਸ਼ਹੀਦ ਕਰ ਲਗਾ ਤੇ ਗੁਰਮਖੋ ਲੜਨ ਵਾਸਤੇ ਸਿੰਘ ਤਿਆਰ ਹੋਏ ਇੱਕ ਗੁਰੂ ਦਾ ਸਿੱਖ ਭਾਈ ਨਿਵਾਉ ਸਿੰਘ ਉੱਠਿਆ ਨੌਜਵਾਨ ਸੀ ਦੌੜ ਕੇ ਆਇਆ ਜਸਪਤ ਰਾਏ ਖਾਤੀ ਤੇ ਚੜਿਆ ਸੀ ਇੱਕ ਹੱਥ ਵਿੱਚ ਇਹਨੇ ਕਿਰਪਾਨ ਪਕੜੀ ਤੇਜ ਨਾਲ ਤੇਜ਼ੀ ਨਾਲ ਖਾਤੀ ਦੀ ਪੂਛ ਪਕੜੀ ਤੇ ਉੱਤੇ ਖਾਤੀ ਦੇ ਚੜ ਕੇ ਜਸਪਤ ਰਾਏ ਦਾ ਸਿਰ ਇਹਦੇ ਢੜ ਤੋਂ ਵੱਖਰਾ ਕਰ ਦਿੱਤਾ ਸਿਰ ਨੂੰ ਲਾ ਕੇ ਨਾ ਇਹਨੇ ਕਿਹਾ ਮੈਂ ਖੁਰਾਕੋਜ ਮਟਾਣਾ ਹੈ ਹਾਥੀ ਤੇ ਚੜ ਗਿਆ ਦੌੜ ਕੇ ਤੇ ਸਿਰ ਨੂੰ ਲੈ ਕੇ ਥੱਲੇ ਆ ਗਿਆ ਕਹਿ ਲੱਗਾ ਤੂੰ ਤਾਂ ਸਾਡਾ ਖੁਰਾਕੋਜ ਕੀ ਮਟਾਣਾ ਐ ਅੱਜ ਤੇਨੂੰ ਸੰਸਾਰ ਤੋਂ ਚਲਦਾ ਕਰਨਾ ਜਸਪਤ ਰਾਏ ਦੀ ਮੌਤ ਹੋਈ ਲਖਪਤ ਰਾਏ ਇਹਦਾ ਭਰਾ ਸੀ ਜਦੋਂ ਇਹਨੇ ਸੁਣਿਆ ਵੀ ਮੇਰੇ ਵੱਡੇ ਭਰਾ ਨੂੰ ਸਿੱਖਾਂ ਨੇ ਕਤਲ ਕਰ ਦਿੱਤਾ ਇਹਦਾ ਸਿਰ ਉਤਾਰ ਦਿੱਤਾ ਤੇ ਕਹਿੰਦੇ ਉਸ ਵੇਲੇ ਇਹਨੇ ਆਪਣੀ ਪੱਗ ਲਾ ਕੇ ਸੂਬੇਦਾਰ ਅੱਗੇ ਰੱਖੀ ਤੇ ਸ਼ਬਦ ਕਹੇ ਸਨ ਉਹਦੇ ਸ਼ਬਦ ਵੈਸੇ ਮੈਂ ਦੁਹਰਾਵਾਂ ਨਾ ਕਹਿ ਲੱਗਾ ਉਹਦੇ ਸ਼ਬਦ ਸਨ ਕਿ ਇੱਕ ਖੱਤਰੀ ਨੇ ਧਰਮ ਕੀਤਾ ਸ਼ੁਰੂ ਤੇ ਇੱਕ ਖੱਤਰੀ ਆ ਜਿਸ ਦਾ ਬੀਜ ਨਾਸ਼ ਕਰੇਗਾ ਲਖਪਤ ਰਾਏ ਗੁੱਸੇ ਵਿੱਚ ਆਇਆ 1746 ਦਾ ਛੋਟਾ ਘੱਲੂਕਾਰਾਂ ਕਨੋਵਾਨ ਦੇ ਸ਼ਾਮ ਵਿੱਚ ਹੋਇਆ ਉਸ ਦਿਨ ਇੱਕ ਦਿਨ ਕੀ 10000 ਸਿੱਖ ਜਿਹੜੇ ਨੇ ਉਹ ਲਖਪਤ ਰਾਏ ਨੇ ਸ਼ਹੀਦ ਕੀਤੇ ਸਨ ਉਸ ਵੇਲੇ ਕੁਝ ਹਿੰਦੂ ਵੀਰ ਹਮਦਰਦੀ ਲਈ ਗਏ ਉਹਨਾਂ ਲਖਪਤ ਰਾਏ ਨੂੰ ਜਾ ਕੇ ਕਿਹਾ ਹਿੰਦੂ ਵੀਰਾਂ ਨੇ ਓਏ ਆਖਰ ਸਿੱਖ ਸਾਡੀ ਇੱਜ਼ਤ ਪੈ ਬਚਾਉਂਦੇ ਨੇ ਤੂੰ ਕਿਉਂ ਇਹਨਾਂ ਦਾ ਖੁਰਾ ਕੁਝ ਮਟਾਉਣਾ ਚਾਹਂ ਹੈ ਤੇ ਉਹਨਾਂ ਵਿੱਚੋਂ ਲਖਪਤ ਰਾਏ ਦੇ ਗੁਰੂ ਸਨ ਉਹਦਾ ਨਾਮ ਸੀ ਸੰਤ ਜਗਤ ਭਗਤ ਜੀ ਉਹਦਾ ਨਾਮ ਹੀ ਇਹ ਸੀ ਉਹ ਗਏ ਆਪ ਚੱਲ ਕੇ ਸਾਧੂ ਕਹਿਣ ਲੱਗੇ ਲਖਪਤ ਰਾਏ ਜੇ ਤੂੰ ਮੇਰੇ ਤੇ ਭਰੋਸਾ ਕਰਨੇ ਦੇਖ ਤੇਰਾ ਪੁੱਤਰ ਛੇੜ ਤੇਰਾ ਭਰਾ ਛੇੜਦਾ ਪਿਆ ਸੀ ਸਿੱਖਾਂ ਨੂੰ ਰੋਕਦਾ ਸੀ ਮਾਰਿਆ ਗਿਆ ਜੇ ਇਹਨਾਂ ਦਾ ਖੁਰਾਕ ਖੋਜ ਮਟਾਏਗਾ ਸਾਡੀ ਦੀਵਾਰ ਕੋਈ ਨਹੀਂ ਰਹਿਣੀ ਸਾਨੂੰ ਰੱਖਣਾ ਕਿਸੇ ਨੇ ਨਹੀਂ ਇਹ ਸਾਨੂੰ ਰੋ ਬਚਾਣ ਵਾਲੇ ਨੇ ਕਹਿੰਦੇ ਨੇ ਆਪਣੇ ਗੁਰੂ ਨੂੰ ਲਖਪਤ ਰਾਏ ਨੇ ਖੰਕਾਰ ਨਾਲ ਕਿਹਾ ਕਹਿ ਲਗਾ ਮੰਤਜੀ ਤੁਸੀਂ ਡੇਰੇ ਜਾ ਕੇ ਆਪਣਾ ਰਬ ਰਬ ਰਾਮ ਰਾਮ ਕਰਿਆ ਕਰੋ ਤੁਹਾਨੂੰ ਨਹੀਂ ਪਤਾ ਕੁਛ ਵੀ ਰਾਜਨੀਤੀ ਕੀ ਹੈ ਜਦੋਂ ਗੁਰੂ ਨੂੰ ਮੋੜਿਆ ਨਾ ਉਹਨੇ ਉੱਚੀ ਆਵਾਜ਼ ਵਿੱਚ ਕਿਹਾ ਉਹ ਲਖੂ ਚੇਤੇ ਰੱਖੀ ਇਹਨਾਂ ਦੀ ਜੜ ਨਹੀਂ ਉਹ ਪੱਤੀ ਜਾਣੀ ਪਰ ਤੇਰੀ ਜੜ ਇੱਕ ਦਿਨ ਖੋਖਲੀ ਜ਼ਰੂਰ ਕਰ ਦੇਣਗੇ ਇੰਨੀ ਗੱਲ ਕਹਿ ਕੇ ਗੁਰੂ ਪਿਛਾ ਆ ਗਿਆ ਇਹਨਾਂ ਦੀ ਜੜ ਨਹੀਂ ਪੱਟੀ ਜਾਣੀ ਤੇਰੀ ਜੜ ਪੱਟੀ ਜਾਏਗੀ ਲਖਪਤ ਰਾਏ ਨੇ 10000 ਸਿੱਖ ਇੱਕ ਦਿਨ ਦੇ ਵਿੱਚ ਸ਼ਹੀਦ ਕੀਤਾ ਸੀ ਗੁਰਮਖੋ ਇਹਦਰ ਖੁਣ ਤਵੱਜੋ ਤੁਸੀਂ ਦੇਣਾ ਨਵਾਬ ਕਪੂਰ ਸਿੰਘ ਉਹਨਾਂ ਨੇ ਦਲ ਖਾਲਸਾ ਕਾਇਮ ਕੀਤਾ ਸਰਦਾਰ ਜੱਸਾ ਸਿੰਘ ਆਹਲੋਵਾਲੀਏ ਨੂੰ ਪੂਰੀ ਦੀ ਪੂਰੀ ਕੌਮ ਨੇ ਆਪਣਾ ਆਗੂ ਮੰਨ ਲਿਆ ਇਸੇ ਸਮੇਂ ਦੇ ਦਰਮਿਆਨ 12 ਮਿਸਲਾਂ ਜਿਹੜੀਆਂ ਨੇ ਉਹ ਪੈਦਾ ਹੋਈਆਂ ਪਰ ਇਹਨਾਂ ਦੀ ਸਮੁੱਚੀ ਅਗਵਾਈ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਖਤ ਵਿੱਚ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਇਹਨੇ ਆਪਣੇ ਵੇਲੇ ਅਨੇਕਾਂ ਕਾਰਨਾਮੇ ਖੋਰ ਕੀਤੇ ਨੇ ਜਿੱਥੇ ਨੇ 2200 ਹਿੰਦੁਸਤਾਨ ਦੀ ਬਹੁ ਬੇਟੀ ਜਿਨ੍ਹਾਂ ਨੂੰ ਬੰਨ ਕੇ ਅਫਗਾਨ ਲੈ ਜਾਂਦੇ ਪੈਸਨ ਜਦੋਂ ਉਹਨਾਂ ਦੇ ਪਰਿਵਾਰ ਨੇ ਫਰਿਆਦ ਕੀਤੀ ਤੇ ਸਰਦਾਰ ਜੱਸਾ ਸਿੰਘ ਦੇ ਖੂਨ ਨੇ ਉਬਾਲਾ ਖਾਦਾ ਗੋਇੰਦਵਾਲ ਦੇ ਪੱਤਨ ਸੇ 2200 ਹਿੰਦੁਸਤਾਨੀ ਬੱਚਿਆਂ ਨੂੰ ਰਸਤਾ ਰੋਕ ਕੇ ਛੁਡਾ ਕੇ ਉਹਨਾਂ ਦੇ ਘਰਾਂ ਵਿੱਚ ਪਹੁੰਚਾਇਆ ਸੀ ਇੱਥੇ ਹੀ ਬਸ ਨਹੀਂ ਗੁਰਮਖੋ 1761 ਦੀ ਪਾਣੀਪਤ ਦੀ ਤੀਜੀ ਲੜਾਈ ਹੋਈ ਹੈ ਅਬਦਾਲੀ ਤੇ ਮਰਾਠਿਆਂ ਵਿੱਚ ਮਰਾਟੇ ਖਾਰ ਗਏ ਅਬਦਾਲੀ ਨੇ ਇੱਥੇ Rao Holkar Rao ਨੂੰ ਖੜਾ ਕੇ ਉਹਦਾ ਕੀਮਤੀ ਖਾਤੀ ਖੋ ਕੇ ਲਿਆਂਦਾ ਅਬਦਾਲੀ ਤੋਂ ਖਾਤੀ ਇਹ ਜਹਾਨ ਖਾਨ ਨੂੰ ਮਿਲਿਆ ਤੇ ਜਹਾਨ ਖਾਨ ਤੋਂ ਇਹ ਖਾਤੀ ਸਰਦਾਰ ਜੱਸਾ ਸਿੰਘ ਆਲੋਵਾਲੀਏ ਨੇ ਖੋਇਆ ਤੇ ਜਦੋਂ ਇਹਦੇ ਚੜ੍ਹ ਕੇ ਆਇਆ ਉਹਦਾ ਨਾਮ ਰੱਖਿਆ ਸੀ ਅਕਾਲ ਬਖਸ਼ ਇੰਨੀ ਕਮਾਈ ਵਾਲਾ ਸੀ ਉਹ ਗੁਰੂ ਕਾਲਾ ਆਪ ਕੀਰਤਨ ਕਰਨਾ ਆਪ ਬਾਣੀ ਪੜ੍ਹਨੀ ਆਪ ਸਿਮਰਨ ਕਰਨਾ ਇਸੇ ਸਮੇਂ ਦੇ ਦਰਮਿਆਨ ਸਨ 1763 ਦਾ ਸਮਾਂ ਆਉਂਦਾ ਜਿਹਨੂੰ ਅਸੀਂ ਵੱਡਾ ਕੱਲੂ ਕਾਰਾ ਕਹਿੰਨੇ ਸਿੱਖਾਂ ਨੂੰ ਇੱਕੋ ਵੇਲੇ ਖਤਮ ਕਰਨਾ ਚਾਹੁੰਦਾ ਹੈ ਅਬਦਾਲੀ ਸਿੱਖਾਂ ਨੂੰ ਪਤਾ ਲੱਗ ਗਿਆ ਇਹ ਜੰਗਲ ਬੇਲਿਆਂ ਵਿੱਚੋਂ ਬਾਹਰ ਨਿਕਲ ਕੇ ਆਏ ਛੰਬਾਂ ਵਿੱਚੋਂ ਬਾਹਰ ਨਿਕਲ ਕੇ ਆਏ ਇਹਨਾਂ ਨੇ ਆਪਣੇ ਬਜ਼ੁਰਗ ਆਪਣੇ ਬੱਚੇ ਆਪਣੀਆਂ ਧੀਆ ਪੈਣਾ ਸਾਰੀਆਂ ਇੱਕ ਬਹੁਤ ਵੱਡਾ ਕਾਫਲਾ ਬਣਾ ਲਿਆ ਕਹਿ ਲੱਗੇ ਮਾਝੇ ਦੀ ਧਰਤੀ ਤੇ ਅਸੀਂ ਰਹਿ ਨਹੀਂ ਸਕਦੇ ਅਬਦਾਲੀ ਕਿਸੇ ਵੇਲੇ ਆਸ਼ਕਦਾ ਇਸੇ ਸਮੇਂ ਦੇ ਦਰਬਿਆਨ ਅਬਦਾਲੀ ਦੇ ਆਉਣ ਦੀ 소 ਸੁਣ ਕੇ ਸਤਲੁਜ ਪਾਰ ਕੀਤਾ ਤੇ ਮਾਲਵੇ ਦੀ ਧਰਤੀ ਵੱਲ ਨੂੰ ਆ ਗਏ ਜਿੰਨੂੰ ਅਸੀਂ ਵੱਡਾ ਕੱਲੂਕਾਰਾ ਕਹਿੰਦੇ ਆ ਵੈਸੇ ਕੱਲੂਕਾਰੇ ਦਾ ਅਖਰੀ ਅਰਥ ਹੁੰਦਾ ਤਬਾਈ ਸਰਬਨਾਸ਼ 30000 ਤੋਂ ਵੱਧ ਸਿੱਖ ਸੀ ਜਿੰਨਾਂ ਵਿੱਚ ਸਾਰੇ ਲੜਨ ਵਾਲੇ ਨਹੀਂ ਸਨ ਬੱਚੇ ਸਨ ਬਜ਼ੁਰਗ ਸਨ ਬੀਬੀਆਂ ਸਨ ਬੱਚੀਆਂ ਸਨ ਰੋਗੀ ਸਨ ਕਈ ਵਿਚਾਰੇ ਲਾਚਾਰ ਸਨ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਦਾ ਕਾਫਲਾ ਸੀ ਇਹਨਾਂ ਨੇ ਸਤਲੁਜ ਪਾਰ ਕੀਤਾ ਮਲੇਰ ਕੋਟਲੇ ਵਾਲੇ ਪਾਸੇ ਨੂੰ ਆਏ ਜਿਹਨੂੰ ਆਪਾਂ ਕੁੱਪ ਦਾ ਮੈਦਾਨ ਕਹਿੰਦੇ ਕੁੱਪਰ ਖੇੜਾ ਵੀ ਕਿਹਾ ਜਾਂਦਾ ਹੈ ਇੱਥੇ ਪਹੁੰਚੇ ਨੇ ਉਧਰੋਂ ਸਰਹੰਦ ਦਾ ਸੂਬਾ ਜ਼ੈਨਖਾਂ ਤੁਰਿਆ ਹੁੰਦਾ ਹੈ ਮਲੇਰ ਕੋਟਲੀਏ ਆਏ ਇਸ ਵੇਲੇ ਜਦੋਂ ਅਬਦਾਲੀ ਪਿੱਛੋਂ ਆਇਆ ਹਜ਼ਾਰਾਂ ਦੀ ਤੈਦਾਦ ਵਿੱਚ ਉਹਦੀ ਫੌਜ ਤੇ ਸਿੱਖਾਂ ਨੇ ਸਰਦਾਰ ਚੜ੍ਹਤ ਸਿੰਘ ਨੇ ਸਰਦਾਰ ਜੱਸਾ ਸਿੰਘ ਆਹਲੋਵਾਲੀਏ ਨੇ ਪੰਗੀ ਸਰਦਾਰਾਂ ਨੇ ਫੈਸਲਾ ਕੀਤਾ ਵੇਖ ਹੁਣ ਇੱਕ ਕੰਮ ਕਰੋ ਇਸ ਕਾਫਲੇ ਦੇ ਇਸ ਵਖੀਰ ਦੇ ਚਾਰ ਚਫੇਰੇ ਘੇਰਾ ਪਾ ਲਓ ਇਸ ਵਖੀਰ ਨੂੰ ਰੋਕ ਲਵੋ ਕਿ ਇਹ ਜਿਹੜੇ ਬੱਚੇ ਨੇ ਬਜ਼ੁਰਗ ਨੇ ਸਿੱਖ ਇਹਨਾਂ ਨੂੰ ਵਿਚਾਰ ਕਰ ਲਓ ਤੇ ਆਪ ਚਾਰ ਚਫੇਰੇ ਦੀਵਾਰ ਬਣ ਕੇ ਖਲੋ ਜਾਓ ਨਾਲੇ ਤੁਰ ਹੀ ਜਾਓ ਤੇ ਨਾਲੇ ਅੱਗੇ-ਅੱਗੇ ਇਹਨਾਂ ਨਾਲ ਲੜਾਈ ਕਰੀ ਜਾਓ ਕੁੱਪਰ ਖੇੜੇ ਦੇ ਮੈਦਾਨ ਵਿਚ ਆ ਕੇ ਗੁਰਮਖੋ ਇੱਥੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹਨੂੰ ਕਲਗੀਧਰ ਸੱਚੇ ਪਾਤਸ਼ਾਹ ਜਿਨੇ ਖੱਤੀ ਸੰਪੂਰਨ ਕਰਾਇਆ ਗੁਰਗੱਦੀ ਦਿੱਤੀ ਗਈ ਸੀ ਕੱਲੂ ਘਾਰੇ ਦੇ ਵਿੱਚ ਹੀ ਅਲੋਪ ਹੋ ਗਈ ਸੀ ਜਦੋਂ ਇਹ ਵਖੀਰ ਤੁਰਿਆ ਅਬਦਾਲੀ ਆ ਪਹੁੰਚਿਆ ਸਰਦਾਰ ਜੱਸਾ ਸਿੰਘ ਸਰਦਾਰ ਚਰਨ ਸਿੰਘ ਸਰਦਾਰ ਸ਼ਾਮ ਸਿੰਘ ਕਰੋੜੀਆ ਮਿਸਲ ਵਾਲੇ ਇਹਨਾਂ ਸਾਰੇ ਸੱਜਣਾ ਨੇ ਰੋਕ ਕੇ ਮੁਕਾਬਲਾ ਕੀਤਾ ਪਰ ਕਿੰਨਾ ਕੋਈ ਰੋਕ ਦੇ ਇਹਨਾਂ ਦਾ ਜਿਹੜਾ ਕੁੰਡਲ ਸੀ ਜਿਹੜਾ ਪਹਿਰਾ ਸੀ ਇਹ ਟੁੱਟਿਆ ਤੇ 100 ਲਖਤ ਅਫਗਾਨੀ ਦੇ ਸਿਪਾਈ ਉਸ ਵਹੀਰ ਦੇ ਉੱਤੇ ਜਾ ਟੁੱਟੇ ਗੁਰਮਖੋ ਉਸ ਇੱਕ ਦਿਨ ਰਤਨ ਸਿੰਘ ਭੰਗੂ ਦੇ ਮੁਤਾਬਕ 25000 ਤੇ 30000 ਦੇ ਦਰਮਿਆਨ ਇੱਕ ਦਿਨ ਸਿੱਖ ਜਿਹੜੇ ਨੇ ਉਹ ਕਤਲ ਕੀਤੇ ਗਏ ਸਨ ਉਹਨਾਂ ਵਿੱਚ ਬੱਚੇ ਸਨ ਬੱਚਿਆਂ ਨੂੰ ਕਤਲ ਕੀਤਾ ਗਿਆ ਬਜ਼ੁਰਗਾਂ ਨੂੰ ਕਤਲ ਕੀਤਾ ਗਿਆ ਉਹਦੇ ਵਿੱਚ ਨੌ ਜਵਾਨ ਜਾਨਾ ਖੂਨ ਕੇ ਲੜੇ ਇਥੋਂ ਤੱਕ ਕਿ ਬੀਬੀਆਂ ਭੈਣਾਂ ਨੂੰ ਵੀ ਸ਼ਹੀਦ ਕੀਤਾ ਗਿਆ ਸਰਦਾਰ ਜੱਸਾ ਸਿੰਘ ਆਲੋਵਾਲੀਆ ਜਦੋਂ ਉਹ ਸਾਹਮਣੇ ਹੋਇਆ ਤੇ ਕਹਿੰਦੇ ਨੇ ਸਰਦਾਰ ਜੀ ਦਾ ਘੋੜਾ ਥੋੜਾ ਜਿਹਾ ਰੁਕ ਗਿਆ ਉਸ ਵੇਲੇ ਦੇ ਆਗੂ ਦਾ ਕਿਰਦਾਰ ਦੇਖੋ 22 ਫਟ 1 2 ਨਹੀਂ 22 ਫਟ ਸਰਦਾਰ ਜੱਸਾ ਸਿੰਘ ਆਲੋਵਾਲੀਏ ਦੇ ਤਨ ਦੇ ਉੱਤੇ ਲੱਗੇ ਸਨ ਸਾਰਾ ਤਨ ਖੂਨ ਨਾਲ ਭਿੱਜਾ ਪਿਆ ਸੀ ਤੇ ਆਲੋਵਾਲੀਆ ਸਰਦਾਰ ਕਦੀ ਸੰਜੋਗ ਆ ਕੇ ਨਹੀਂ ਸੀ ਲੜਦਾ ਉਹ ਕਹਿੰਦਾ ਲੜਨੇ ਇਸ ਕਰਕੇ ਆ ਸ਼ਹੀਦ ਹੋਈਏ ਤੇ ਸੰਜੋਗ ਪਾ ਲਿਆ ਤੇ ਸ਼ਹੀਦ ਹੋਣ ਦਾ ਵੇਲਾ ਨਾ ਕਿ ਦੇਖੋ ਜ ਜਾਵੇ 22 ਫੱਟ ਇਹਨਾਂ ਨੂੰ ਲੱਗੇ ਇਹਨੇ ਫੱਟ ਸਰਦਾਰ ਚੜਤ ਸਿੰਘ ਨੂੰ ਲੱਗੇ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਨੂੰ 22 ਫੱਟ ਲੱਗੇ ਘੋੜਾ ਰੁਕ ਗਿਆ ਇਹਨਾਂ ਦਾ ਅਰਧਲੀ ਸੀ ਸੇਵਕ ਸੀ ਭਾਈ ਗੁਰਮਖ ਸਿੰਘ ਉਹਨੇ ਘੋੜੇ ਨੂੰ ਚਾਬਕ ਮਾਰਿਆ ਕਿ ਸਰਦਾਰ ਜੀ ਦੁਸ਼ਮਣ ਵਿੱਚ ਘਿਰ ਗਏ ਨੇ ਇਸ ਆਗੂ ਦਾ ਅੰਦਰ ਦੇਖੋ ਰੋਕ ਕੇ ਕਹਿਣ ਲੱਗੇ ਗੁਰਮukh ਸਿੰਘ ਮੇਰੇ ਘੋੜੇ ਨੂੰ ਛਾਂਟਾ ਕਿਉਂ ਮਾਰਿਆ ਕਹਿਣ ਲੱਗਾ ਸਰਦਾਰ ਜੀ ਦੇਖੋ ਚਾਰ ਚਫੇਰੇ ਤੁਹਾਨੂੰ ਦੁਸ਼ਮਨ ਨੇ ਘੇਰ ਲਿਆ ਤੇ ਸਰਦਾਰ ਜੱਸਾ ਸਿੰਘ ਆਲੋਵਾਲੀਏ ਨੇ ਕਿਹਾ ਤੈਨੂੰ ਪਤਾ ਹੈ ਮੈਨੂੰ ਖਾਲਸੇ ਨੇ ਪਾਤਸ਼ਾਹਾਂ ਦੀ ਪਦਵੀ ਦਿੱਤੀ ਹੈ ਤੇ ਜੇ ਆਗੂ ਹੀ ਘੋੜੇ ਨਿਠਾ ਕੇ ਚਲਾ ਗਿਆ ਇਹਨਾਂ ਬਿਰਧਾਂ ਦਾ ਇਹਨਾਂ ਮਾਈਆਂ ਦਾ ਸਿੱਖਾਂ ਦਾ ਵਿਸ਼ਵਾਸ ਕਿਸੇ ਤੇ ਨਹੀਂ ਰਹਿਣਾ ਚੇਤੇ ਰੱਖੀ ਮੈਂ ਰਣ ਤੱਤੇ ਵਿੱਚ ਤਾਂ ਉਤਰਿਆ ਮੈਂ ਸ਼ਹਾਦਤ ਦਾ ਜਾਮ ਪੀਆ ਇੱਥੇ ਰਤਨ ਸਿੰਘ ਭੰਗੂ ਨੇ ਬੜੇ ਭਾਪੂਰਤ ਸ਼ਬਦ ਲਿਖੇ ਨੇ ਪ੍ਰਚੀਨ ਪੰਥ ਪ੍ਰਕਾਸ਼ ਵਿੱਚ ਕਹਿਣ ਲੱਗੇ ਪੰਥ ਸੁਣੈ ਮੋਇ ਕਰ ਹੈ ਟੱਠਾ ਜੇ ਪੰਥ ਨੂੰ ਪਤਾ ਲੱਗਾ ਵੀ ਘੋੜਾ ਭਜਾ ਕੇ ਚਲਾ ਗਿਆ ਜੱਸਾ ਸਿੰਘ ਪੰਥ ਸੁਣੈ ਮੋਇ ਕਰ ਹੈ ਟੱਠਾ ਘੋੜਾ ਕੁਟਾਏ ਜੱਸਾ ਸਿੰਘ ਨੱਠਾ ਕਿਆ ਮੁਖ ਲੈ ਮੈਂ ਬਹੁ ਦੀਵਾਨ ਕਰਾਂ ਮਸ਼ਕਰੀ ਖਮ ਕੋ ਆਨ ਮੈਂ ਖਾਲਸਾ ਪਾਤਸ਼ਾਹ ਕਹਾਇਓ ਤੂੰ ਚਾਹਤ ਮੋ ਗੀਦੀ ਬਣਾਇਓ ਮੈਂ ਖਾਲਸੇ ਦਾ ਬਾਦਸ਼ਾਹ ਵਾ ਤੂੰ ਮੈਨੂੰ ਗੀਦੀ ਬਣਾਣਾ ਚਾਹਂਦਾ 30 ਹਜ਼ਾਰ ਸਿੱਖ ਕੁੱਪਰ ਖੇੜੇ ਦੇ ਮੈਦਾਨ ਵਿੱਚ ਜ਼ਮੀਨ ਤੇ ਪਏ ਸਨ ਤੇ ਰਤਨ ਸਿੰਘ ਭੰਗੂ ਕਹਿੰਦਾ ਇੰਨੀ ਕੀ ਅਬਦਾਲੀ ਦੀ ਫੌਜ ਜ਼ਮੀਨ ਤੇ ਪਈ ਸੀ ਖੂਨ ਨਾਲ ਭਿੱਜੀ ਧਰਤੀ ਤੇ ਰਾਤ ਨੂੰ ਅਬਦਾਲੀ ਖੁਸ਼ ਹੈ ਸਿੱਖ ਜਿਹੜੇ ਬਚੇ ਪਰਣਾਲੇ ਵਾਲੇ ਪਾਸੇ ਚਲੇ ਗਏ ਰਾਤ ਨੂੰ ਅਬਦਾਲੀ ਖੁਸ਼ੀ ਅੱਜ ਸਾਰੀ ਕੌਮ ਖਤਮ ਕਰ ਦਿੱਤੀ ਤੇ ਗੁਰਮਖੋ ਪੂਰੀ ਕੌਮ ਦਾ ਪੌਣਾ ਹિસ્ਸਾ ਅੱਜ ਸ਼ਹੀਦ ਹੋ ਚੁੱਕਾ ਸੀ ਲਿਖਦੇ ਨੇ ਅੱਧੀ ਰਾਤ ਵੇਲੇ ਜਦੋਂ ਅਬਦਾਲੀ ਜਸ਼ਨ ਪਿਆ ਮਨਾਉਂਦਾ ਇੱਕ ਨਿਹੰਗ ਸਿੰਘ ਪਿਆ ਸੀ ਬੇਹੋਸ਼ ਸੀ ਇਹਦੇ ਸਿਰ ਵਿੱਚ ਵੀ ਸੱਟਾਂ ਸਨ ਇਹਦੇ ਖੱਤ ਬਾਹਾਂ 'ਵਾਂ ਵੀ ਤਲਵਾਰ ਨਾਲ ਟੁੱਕੇ ਵੱਡੇ ਪੈ ਸਨ ਇਸ ਨਿਹੰਗ ਸਿੰਘ ਨੂੰ ਹੋਸ਼ ਆਈ ਤੇ ਰਾਤ ਨੂੰ ਉਠਿਆ ਅਬਦਾਲੀ ਦੇ ਕੈਂਪ ਸਾਹਮਣੇ ਗਿਆ ਤੇ ਦੇਖਿਆ ਉੱਥੇ ਲੈਂਪ ਬਲਦਾ ਹੈ ਤੇ ਖੁਸ਼ੀ ਜ਼ਾਹਰ ਪਿਆ ਕਰਦਾ ਮੈਂ ਅੱਜ ਇੰਨੇ ਸਿੱਖ ਕਤਲ ਕੀਤੇ ਤੇ ਉਸ ਬਜ਼ੁਰਗ ਨਿਹੰਗ ਨੇ ਸਾਹਮਣੇ ਖਲੋ ਕੇ ਕਿਹਾ ਅਬਦਾਲੀ ਜਸ਼ਨ ਮਤ ਮਨਾ ਸਭ ਨੇ ਆਵਾਜ਼ ਸੁਣੀ ਕੌਣ ਕਹਿਣ ਲੱਗਾ ਤਤ ਖਾਲਸਾ ਅਜੇ ਜਿਉਂਦਾ ਹੈ ਜੇ ਤੇਰੀਆਂ ਬਾਹਾਂ ਵਿੱਚ ਦਮ ਖੈ ਤੇ ਆ ਕੇ ਮੇਰੇ ਨਾਲ ਟੱਕਰ ਆ ਕਰ ਗੁਰਮਖੋ 30000 ਬੰਦਾ ਮਰਿਆ ਹੋਵੇ ਤੇ 70 ਸਾਲ ਦਾ ਬਾਬਾ ਉੱਠ ਕੇ ਉਸੇ ਕੌਮ ਦਾ ਵੰਗਾਰ ਕੇ ਕਹੇ ਕਿ ਅਬਦਾਲੀ ਜੇ ਤੇਰੇ ਵਿੱਚ ਦਮ ਹੈ ਤੇ ਮੇਰੇ ਨਾਲ ਆ ਕੇ ਟੱਕਰ ਲੈ ਅਬਦਾਲੀ ਨੇ ਉਸ ਦਿਨ ਸੋਚ ਲਿਆ ਇਹਨਾਂ ਨੂੰ ਮੈਂ ਖਤਮ ਨਹੀਂ ਕਰ ਸਕਦਾ ਉਸ ਤੋਂ ਬਾਅਦ ਅਬਦਾਲੀ ਮੁੜਿਆ ਇਹਨੇ ਖਰਮੰਦਰ ਸਾਹਿਬ ਦੇ ਥੱਲੇ ਰੱਖ ਕੇ ਬਾਰੂਦ ਤੇ ਕੁੱਪੇ ਹਰਮੰਦਰ ਸਾਹਿਬ ਨੂੰ ਉਡਾ ਦਿੱਤਾ ਗੁਰੂ ਕੇ ਸਿੱਖੋ ਹਰਮੰਦਰ ਉੱਡਿਆ ਇਸੇ ਵਿੱਚੋਂ ਇੱਕ ਇੱਟ ਉੱਠੀ ਜਿਹੜੀ ਅਬਦਾਲੀ ਦੇ ਨੱਕ ਤੇ ਵੱਜੀ ਐਸੇ ਦਾ ਨੱਕ ਗਲ ਗਿਆ ਤੇ ਕੁਝ ਸਾਲਾਂ ਤੋਂ ਬਾਅਦ ਐਸੇ ਇੱਟ ਦੇ ਜ਼ਖਮ ਨਾਲ ਅਬਦਾਲੀ ਦੀ ਮੌਤ ਹੋ ਗਈ ਸਰਦਾਰ ਜੱਸਾ ਸਿੰਘ ਆਇਆ ਐਸੇ ਸਮੇਂ ਦੇ ਦਰਮਿਆਨ ਬਾਬਾ ਦੀਪ ਸਿੰਘ ਸ਼ਹੀਦ ਹੁੰਦੇ ਨੇ ਐਸੇ ਸਮੇਂ ਦੇ ਦਰਮਿਆਨ ਬਾਬਾ ਗੁਰਬਖਸ਼ ਸਿੰਘ ਸ਼ਹੀਦ ਹੁੰਦੇ ਨੇ ਐਸੇ ਸਮੇਂ ਦੇ ਦਰਮਿਆਨ ਗੁਰੂ ਕੇ ਸਿੱਖ ਬੋਤਾ ਸਿੰਘ ਤੇ ਗਰਜਾ ਸਿੰਘ ਸ਼ਹੀਦ ਹੁੰਦੇ ਨੇ ਕਿਉਂਕਿ ਤਮਾਰੀਖ ਦਾ ਪੰਨਾ ਇੱਕ ਇੱਕ ਸ਼ਹੀਦਾਂ ਨਾਲ ਭਿਜਾ ਪਿਆ ਹੈ ਸਰਦਾਰ ਜੱਸਾ ਸਿੰਘ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਦੇਖਿਆ ਹਰਮੰਦਰ ਸਾਹਿਬ ਠੱਠਾਂ ਪਿਆ ਹੈ ਗੁਰਮਖੋ ਉਸ ਸਰਦਾਰ ਨੇ ਉਸ ਵੇਲੇ ਆਪਣੇ ਤਨ ਤੇ ਜਿਹੜੀ ਚਾਦਰ ਲਈ ਸੀ ਉਹ ਚਾਦਰ ਉਤਾਰੀ ਤੇ ਉਸ ਚਾਦਰ ਦਾ ਨਾਮ ਰੱਖਿਆ ਗੁਰੂ ਕੀ ਚਾਦਰ ਚਾਦਰ ਜ਼ਮੀਨ ਤੇ ਵਿਛਾ ਕੇ ਕਹਿੰਦਾ ਕਿ ਆਪਾਂ ਗੁਰੂ ਰਾਮਦਾਸ ਦੇ ਸਿੱਖਾਂ ਇਸ ਠੱਠੇ ਕੋਈ ਦਰਬਾਰ ਨੂੰ ਦੇਖ ਨਹੀਂ ਸਕਦੇ 9 ਲੱਖ ਰੁਪਈਆ ਸਰਦਾਰ ਜੱਸਾ ਸਿੰਘ ਨੇ ਆਪਣੇ ਕੋਲੋਂ ਉਸ ਵਿਛਾਈ ਹੋਈ ਚਾਦਰ ਉਤੇ ਢੇਰ ਕੀਤਾ 5 ਲੱਖ ਰੁਪਈਆ ਸਿੱਖ ਸਰਦਾਰਾਂ ਕੋਲ ਹੋਇਆ 14 ਲੱਖ ਰੁਪਈਆ ਸਰਦਾਰ ਜੱਸਾ ਸਿੰਘ ਨੇ ਇਕੱਠਾ ਕੀਤਾ ਤੇ ਮੈਂ ਇੱਕ ਸਿੱਖ ਦਾ ਤੁਹਾਡੇ ਨਾਲ ਜ਼ਰੂਰ ਨਾਂ ਲੈਣਾ ਚਾਹਨਾ ਸ਼ਾਇਦ ਬਹੁਤ ਘੱਟ ਸੱਜਣਾ ਨੂੰ ਪਤਾ ਹੋਵੇ ਉਸੇ ਸੁਰ ਸਿੰਘ ਪਿੰਡ ਦਾ ਰਹਿਣ ਵਾਲਾ ਮਿਸਤਰੀ ਦੇਸ਼ ਰਾਜ ਉਹਨੂੰ ਮੁਕਰਰ ਕੀਤਾ ਜਿਹੜੀ ਦਰਬਾਰ ਸਾਹਿਬ ਦੀ ਖੁੰਨ ਤੁਸੀਂ ਬਿਲਡਿੰਗ ਦੇਖਦੇ ਹੋ ਖਿਮਾ ਕਰਿਓ ਇਹ ਉਹ ਨਹੀਂ ਜਿਹੜੀ ਗੁਰੂ ਅਰਜਨ ਸਾਹਿਬ ਦੇ ਵੇਲੇ ਸੀ ਇਹ ਬਣੀ ਉਸੇ ਹੀ ਤਰਜ ਤੇ ਹੈ ਪਰ ਇਹ ਜਦੋਂ ਢਾਹ ਦਿੱਤੀ ਗਈ ਇਹਨੂੰ ਬਣਵਾਇਆ ਸੀ ਸਰਦਾਰ ਜੱਸਾ ਸਿੰਘ ਆਲੋਵਾਲੀਏ ਨੇ ਤੇ ਬਣਾਉਣ ਵਾਲਾ ਮਿਸਤਰੀ ਸੀ ਦੇਸਰਾਜ ਮਿਸਤਰੀ ਦੇਸਰਾਜ ਨੂੰ ਬੁਲਾਇਆ 14 ਲੱਖ ਰੁਪਈਆ ਸਰਦਾਰ ਜੀ ਨੇ ਨਗਦ ਦਿੱਤਾ ਖੀਰੇ ਮੋਤੀ ਸੋਨੇ ਚਾਂਦੀ ਦੀ ਕਮੀ ਕੋਈ ਨਹੀਂ ਸੀ ਤੇ ਆਪਣੇ ਕੋਲੋਂ ਮੋਹਰ ਦੇ ਦਿੱਤੀ ਜੇ ਜਦੋਂ ਤੈਨੂੰ ਪੈਸੇ ਦੀ ਲੋੜ ਹੋਵੇ ਤੂੰ ਇਸ ਦੀ ਉਸਾਰੀ ਲਈ ਕਿਸੇ ਵੀ ਮਿਸਲ ਤੋਂ ਜਥੇ ਤੋਂ ਪੈਸਾ ਮੰਗ ਸਕਦੇ ਮਿਸਤਰੀ ਦੇਸਰਾਜ ਨੇ ਮੋਹਰ ਲੈ ਲਈ ਉਸ ਸਿੱਖ ਦਾ ਜੀਵਨ ਦੇਖੋ ਕੈਸਾ ਹੈ ਦੇਸਰਾਜ ਘਰ ਗਏ ਕਰਮ ਸਿੰਘਾ ਸਟੋਰੀਆਂ ਲਿਖਦਾ ਆਪਣੀ ਘਰ ਵਾਲੀ ਤੇ ਆਪਣੀ ਬੱਚੀ ਨੂੰ ਬੁਲਾਇਆ ਕਹਿ ਲਗਾ ਮੈਨੂੰ ਗੁਰੂ ਰਾਮਦਾਸ ਦੇ ਦਰਬਾਰ ਦੀ ਸੇਵਾ ਮਿਲੀ ਹੈ ਆਪਣੇ ਘਰ ਵਾਲੀ ਤੇ ਬੇਟੀ ਨੂੰ ਕਹਿੰਦਾ ਮੈਂ ਤੁਹਾਡੇ ਤੋਂ ਇੱਕ ਆਸ ਕਰਨਾ ਮੇਰਾ ਸਾਥ ਦਿਓ ਉਹਨਾਂ ਮਾਵਾਂ ਧੀਆਂ ਨੇ ਪੁੱਛਿਆ ਕੀ ਕਹਿ ਲੱਗਾ ਅੱਜ ਤੱਕ ਆਪਾਂ ਆਪਣੀ ਮਿਹਨਤ ਕਰਕੇ ਮੈਂ ਲਿਆਉਂਦਾ ਸਾਂ ਤੇ ਰੋਟੀ ਪੱਕਦੀ ਸੀ ਅੱਜ ਤੋਂ ਬਾਅਦ ਮੈਂ ਸੇਵਾ ਵੀ ਚਲੇ ਜਾਣਾ ਤੁਸੀਂ ਮਾਵਾਂ ਧੀਆਂ ਨੇ ਮਜ਼ਦੂਰੀ ਕਰਕੇ ਲਿਉਣਾ ਸਾਡੇ ਘਰ ਵਿੱਚ ਰੋਟੀ ਤੁਹਾਡੀ ਮਜ਼ਦੂਰੀ ਦੀ ਪੱਕੇ ਸਾਡੇ ਘਰ ਵਿੱਚ ਇੱਕ ਵੀ ਪੈਸਾ ਉਹ ਨਾ ਲੱਗੇ ਜਿਹੜਾ ਸੰਗਤ ਨੇ ਦਰਬਾਰ ਸਾਹਿਬ ਲਾਉਣ ਵਾਸਤੇ ਦਿੱਤਾ ਗੁਰਮਖੋ ਉਸ ਦਾ ਜੀਵਨ ਕਦੀ ਤੁਸੀਂ ਦੇਖੋ ਸਿੱਖੀ ਉਹਨਾਂ ਦੇ ਆਸਰੇ ਬੜਕਾ ਮਾਰਨੇ ਆਪਾਂ ਦੇਖੋ ਅੱਜ ਕੀ ਹੈ ਅੱਜ ਗੋਲਕਾ ਕਿੱਧਰ ਜਾਂਦੀਆਂ ਪਿਆਨੇ ਚੋਨਾ ਵਿੱਚ ਖਲੋ ਕੇ ਨਸ਼ਾ ਸਿੱਖ ਨੌਜਵਾਨਾਂ ਦੇ ਮੂੰਹ 'ਚ ਜ਼ਹਿਰ ਪਾਣ ਲਈ ਨਖੀ ਮਿਸਤਰੀ ਦੇਸ਼ ਰਾਜ ਨੇ ਕਿਹਾ ਆਪਣੀ ਘਰ ਵਾਲੀ ਤੇ ਆਪਣੀ ਬੱਚੀ ਨੂੰ ਤੁਸੀਂ ਮਜ਼ਦੂਰੀ ਕਰਿਓ ਉਸ ਵੇਲੇ ਕਰਮ ਸਿੰਘ ਸਟੋਰੀਆਂ ਲਿਖਦਾ ਵਾ ਉਹ ਸਿੱਖਾਂ ਤੇਰਾ ਕਰਦਾਰ ਅੱਜ ਦੇ ਲਿਹਾਜ ਨਾਲ ਕੀਮਤ ਪਾਈਏ ਤੇ ਕਰੋੜਾਂ ਰੁਪਏ ਤੇਰੇ ਘਰ ਪਏ ਨੇ ਪਰ ਇੱਕ ਨਵੇਂ ਪੈਸੇ ਦਾ ਤੂੰ ਦਾਗਦਾਰ ਨਹੀਂ ਤੂੰ ਆਪਣੇ ਘਰ ਦੀ ਰੋਟੀ ਵਾਸਤੇ ਵਰਤਿਆ ਹੋਵੇ ਭੁੱਖਾ ਜ਼ਰੂਰ ਰਹਿ ਗਿਆ ਪਰ ਰੋਟੀ ਤੂੰ ਆਪਣੀ ਮਜ਼ਦੂਰੀ ਦੀ ਖਾਦੀ ਮਿਸਤਰੀ ਦੇਸ ਰਾਜ ਜੀ ਨੇ ਖਰਮੰਦਰ ਸਾਹਿਬ ਜੀ ਦੀ ਉਸਾਰੀ ਕਰਾਈ ਇਸੇ ਸਮੇਂ ਦੇ ਦਰਮਿਆਨ ਸਰਦਾਰ ਜੱਸਾ ਸਿੰਘ ਆਲੋ ਵਾਲੀਆਂ ਇਹਨਾਂ ਦੀ ਦੀਵਾਨ ਕੌੜਾਮਲ ਦੀ ਬੜੀ ਸਿੱਖਾਂ ਨਾਲ ਸਾਂਝ ਰਹੀ ਸ਼ਾਇਦ ਆਪ ਨੂੰ ਪਤਾ ਹੋਵੇ ਦੀਵਾਨ ਕੌੜਾਮਲ ਕੌਣ ਸਨ ਭਾਈ ਸੇ ਭਾਈ ਵੀਰ ਸਿੰਘ ਦੀ ਖੋਣਾ ਦੇ ਬਜ਼ੁਰਗ ਸਨ ਬਹੁਤ ਵੱਡੇ ਇਹ ਦੀਵਾਨ ਸਨ ਇਹਨਾਂ ਨੇ ਸਿੱਖਾਂ ਦੀ ਬੜੀ ਮਦਦ ਕੀਤੀ ਜਦੋਂ ਹਕੂਮਤ ਬਦਲੀ ਮੀਰ ਮੰਨੂ ਦਾ ਸਮਾਂ ਆਇਆ ਤੇ ਲਖਪਤ ਰਾਏ ਜਿਹੜਾ ਇਹਨੂੰ ਹਕੂਮਤ ਨੇ ਗ੍ਰਿਫਤਾਰ ਕਰ ਲਿਆ ਤੇ ਦੀਵਾਨ ਕੌੜਾ ਮਲ ਨੇ ਇਹਦਾ ਜ਼ੁਰਮਾਨਾ ਭਰ ਕੇ ਲਖਪਤਰਾਏ ਨੂੰ ਸਿੱਖਾਂ ਦੇ ਹਵਾਲੇ ਕੀਤਾ ਕਿਉਂ ਕਿ ਕਿਉਂਕਿ ਇਹਨੇ ਇੱਕ ਦਿਨ ਦੇ ਵਿੱਚ 10000 ਸੇ ਕਤਲ ਕੀਤਾ ਸੀ ਇਹਨੇ ਸਾਡੇ ਬੱਚਿਆਂ ਦੇ ਪੇਟ ਚੀਰੇ ਸਨ ਇਹਨੇ ਸਾਡੀਆਂ ਬਜ਼ੁਰਗ ਮਾਈਆਂ ਦੇ ਸਿਰ ਧਣ ਤੋਂ علیحدਾ ਕਰਕੇ ਨੇਜੀਆਂ ਤੇ ਟੰਕੇ ਰੁਪਈਏ ਵਸੂਲੇ ਸਨ ਗੁਰਮਖੋ ਸਿੱਖਾਂ ਦੇ ਹੱਥ ਵਿੱਚ ਆਇਆ ਦੀਵਾਨ ਕੌੜਾ ਮਲ ਦਾ ਭੇਜਿਆ ਹੋਇਆ ਲਖਪਤ ਤੇ ਸਿੱਖਾਂ ਨੇ ਫਿਰ ਜੋ ਕੁਝ ਇਹਦਾ ਹਾਲ ਕੀਤਾ ਤਮਾਂ ਰੀਖ ਸੁਣੀ ਦੀ ਤੇ ਕੰਬ ਜਾਂਦਾ ਖੰਦਰ ਲਖਪਤ ਰਾਏ ਨੇ ਤਰਲੇ ਲੈ ਕੋਠੀ ਬਣਾ ਦਿੱਤੀ ਵਿੱਚ ਢੱਕ ਦਿੱਤਾ ਕਹਿਣ ਲੱਗੇ ਕੋਈ ਜੇ ਬੰਦੇ ਨੂੰ ਵਿਸ਼ਤਾ ਵਿੱਚ ਦੱਬ ਕੇ ਮਾਰ ਦੇਣਾ ਚਾਹੀਦਾ ਇਹਦੀ ਮੌਤ ਇਸ ਤਰੀਕੇ ਨਾਲ ਕੋਈ ਸਰਦਾਰ ਜੱਸਾ ਸਿੰਘ ਦੀ ਲੋੜ ਪਈ ਦੀਵਾਨ ਕੌੜਾ ਮਲ ਨੇ ਕਿਹਾ ਖਾਲਸਾ ਜੀ ਮੈਂ ਮੁਲਤਾਨ ਫਤਿਹ ਕਰਨਾ ਹੈ ਮੈਨੂੰ ਤੁਹਾਡੀ ਜ਼ਰੂਰਤ ਹੈ ਸਰਦਾਰ ਜੱਸਾ ਸਿੰਘ ਨੇ ਕਿਹਾ ਸੀ ਮਦਦ ਤੇਰੀ ਜ਼ਰੂਰ ਕਰਾਂਗੇ ਪਰ ਇੱਕ ਸ਼ਰਤ ਤੇ ਕੀ ਇੱਕ ਤਾਂ ਹਰਮੰਦਰ ਸਾਹਿਬ ਦੀ ਸੇਵਾ ਸਰੋਵਰ ਦੀ ਤੂੰ ਕਰਵਾਏਗਾ ਸੇਵਾ ਵਿੱਚ ਹਿੱਸਾ ਪਾਏਗਾ ਪੈਸੇ ਦੇਵੇਗਾ ਕਿਉਂਕਿ ਤੇ ਸਿੱਖਾਂ ਕੋਲ ਕਿਹੜੀ ਜਗੀਰ ਸੀ ਕਹਿਣ ਲੱਗਾ ਹਾਂ ਦੂਜਾ ਕਹਿਣ ਲੱਗੇ ਸੁਲਤਾਨਪੁਰ ਬਾਬੇ ਨਾਨਕ ਦਾ ਗੁਰਦੁਆਰਾ ਹਟ ਸਾਹਿਬ ਮੋਦੀਖਾਨਾ ਬੇਰ ਸਾਹਿਬ ਬਾਬੇ ਨਾਨਕੀ ਦੇ ਗੁਰਦੁਆਰਾ ਤੂੰ ਬਣਵਾਈ ਤੀਜੀ ਗੱਲ ਕਹੀ ਕਿ ਨਨਕਾਣਾ ਸਾਹਿਬ ਬਾਹ ਲੀਲਾ ਦਾ ਗੁਰਦੁਆਰਾ ਬਣਾਈ ਅਸੀਂ ਤੇਰੀ ਮਦਦ ਕਰਨੇ ਉਹਦੇ ਵਿੱਚ ਇਹ ਨਹੀਂ ਕਿਹਾ ਅਸੀਂ ਤੇਰੀ ਮਦਦ ਤਾਂ ਕਰਾਂਗੇ ਸਾਨੂੰ ਪੈਸੇ ਕਿ ਦਏਂਗਾ ਸਰਦਾਰ ਗਏ ਮਲਤਾਨ ਫਤਿਹ ਕੀਤਾ ਸਰਦਾਰ ਜੱਸਾ ਸਿੰਘ ਆਲੋਵਾਲੀਏ ਦੇ ਕਹਿੰਦੇ ਦੀਵਾਨ ਕੌੜਾ ਮਲ ਨੇ ਰੱਜ ਕੇ ਖਰਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਕੀਤੀ ਦੀਵਾਨ ਨੇ ਬਾਹਲੀਲਾ ਗੁਰਦੁਆਰੇ ਦਾ ਸਰੋਵਰ ਬਣਾਇਆ ਸੁਲਤਾਨਪੁਰ ਦੇ ਗੁਰਦੁਆਰੇ ਬਣਾਏ ਵੱਡੇ ਘੱਲੂ ਘਾਰੇ ਤੋਂ ਬਾਅਦ ਹੁਣ ਅਸੀਂ ਸਿਰਫ ਜੱਸਾ ਸਿੰਘ ਨੂੰ ਵੱਡੇ ਘੱਲੂ ਘਾਰੇ ਤੱਕ ਸੀਮਿਤ ਰੱਖਨੇ ਹੁਣ ਸਰਦਾਰ ਨੇ ਸਰਹੰਦਵਾਲ ਰੋਕ ਕੀਤਾ ਕਿਉਂ ਕਿਉਂਕਿ ਇੱਥੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਲਾਲ ਕੋਹ ਕੇ ਸ਼ਹੀਦ ਕੀਤੇ ਗਏ ਸਨ ਇਸ ਘਟਨਾ ਨੂੰ ਜ਼ਰੂਰ ਸਰਵਣ ਕਰਿਓ ਸਰਦਾਰ ਜੀ ਪਹਿਲਾਂ ਚਮਕੌਰ ਸਾਹਿਬ ਗਏ ਉਸ ਗੜੀ ਨੂੰ ਮੱਥਾ ਟੇਕਿਆ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਵੱਡੇ ਪੁੱਤਰਾਂ ਨੇ ਸ਼ਾਦਤ ਦਾ ਜਾਮ ਪੀਤਾ ਚਮਕੌਰ ਤੋਂ ਮੁਰਿੰਡੇ ਆਏ ਤੇ ਕਈਆਂ ਨੇ ਕਿਹਾ ਇਹ ਉਹ ਮੁਰਿੰਡਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਮਾਤਾ ਤੇ ਪੁੱਤਰਾਂ ਨੂੰ ਕੈਦ ਰੱਖਿਆ ਗਿਆ ਸਰਦਾਰ ਜੀ ਨੇ ਕਿਹਾ ਚਲੋ ਰਹਿਣ ਦਿਓ ਆਪਾਂ ਕੁਝ ਨਹੀਂ ਕਹਿਣਾ ਉੱਥੇ ਰੰਗੜ ਰਹਿੰਦੇ ਸਨ ਪਰ ਜਦੋਂ ਸਿੱਖ ਵੇਖੇ ਤੇ ਰੰਗੜਾਂ ਦੇ ਕੁਝ ਨੌਜਵਾਨ ਮੁੰਡੇ ਆਏ ਉਹਨਾਂ ਹੱਥ ਵਿੱਚ ਰਸੇ ਪਕੜੇ ਸਨ ਕਹਿਣ ਲੱਗਿਓ ਸਿੱਖੋ ਆ ਤੁਹਾਡੇ ਵਾਲ ਵੱਢ ਕੇ ਰਸੇ ਬਣਾਏ ਨੇ ਰਸੇ ਪੁਰਾਣੇ ਹੋ ਗਏ ਨੇ ਨਵੇਂ ਰਸਿਆਂ ਦੀ ਲੋੜ ਏ ਜਾਂ ਤਾਂ ਤੁਹਾਡੇ ਕੇਸ ਵੱਡਾਂਗੇ ਜਾਂ ਸਾਡੇ ਨਾਲ ਲੜੋ ਗੁਰਮਖੋ ਮੁਰਿੰਡੇ ਖਲੋ ਕੇ ਸਰਦਾਰ ਦੀ ਅਣਖ ਨੂੰ ਬੁਗਾਰ ਰਿਹਾ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਦਾ ਇਸ਼ਾਰਾ ਸੀ ਸਾਰਾ ਮੁਰਿੰਡਾ ਸੋਧ ਕੇ ਰੱਖ ਦਿੱਤਾ ਗਿਆ ਜੁਰਤ ਕਿਵੇਂ ਪੈ ਜਾ ਸਿੱਖ ਨੂੰ ਕੋਈ ਕਹ ਦੇ ਵੀ ਤੇਰੇ ਕੇਸਾਂ ਦਾ ਰਸਾ ਬਣਾਣਾ ਮੁਰਿੰਡਾ ਟ੍ਰਾਂਸਪਰੈਂਸ ਕਰ ਉਠਿਆ ਫਿਰ ਇੱਕ ਕਿਸੇ ਨੇ ਕਿਹਾ ਸਰਹੰਦ ਜਾਓ ਕਿਉਂਕਿ ਸਿੱਖ ਜਦੋਂ ਸਰਹੰਦ ਦੇ ਨੇੜੇੋਂ ਨਿਕਲਦੇ ਸਨ ਤੇ ਕਹਿੰਦੇ ਸਨ ਬਾਬਾ ਫਤਿਹ ਸਿੰਘ ਆਵਾਜ਼ਾਂ ਪਿਆ ਮਾਰਦਾ ਹੈ ਬਾਬਾ ਜੋਰਾਵਰ ਸਿੰਘ ਤੇ ਮਾਂ ਗੁਜਰੀ ਪੁਕਾਰਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਦਿੱਲੀ ਟੱਪ ਕੇ ਸੋਨੀਪਤ ਗਿਆ ਪੰਜਾਬ ਵੱਲ ਤੁਰਿਆ ਉਹਨੇ ਦੋ ਗੱਲਾਂ ਕਹੀਆਂ ਸਨ ਸਿੱਖੋ ਮੈਨੂੰ ਹੋਰ ਕੁਝ ਨਹੀਂ ਪਤਾ ਮੇਰਾ ਸਾਥ ਦਿਓ ਮੈਨੂੰ ਸਰਹੰਦ ਦੀਆਂ ਨੀਆਂ ਤੇ ਚਮਕੌਰ ਦੀ ਗੜੀ ਪੁਕਾਰਦੀ ਹੈ ਤੁਸੀਂ ਮੈਨੂੰ ਖੋਣ ਦਿਓ ਮੈਂ ਜਲਮ ਨੂੰ ਸੋਧ ਕੇ ਰੱਖ ਦੇਵਾਂਗਾ ਜਦੋਂ ਸਿੱਖ ਸਰਹੰਦੋਂ ਨਿਕਲਦੇ ਸਨ ਬਰਦਾਸ਼ਤ ਨਹੀਂ ਹੁੰਦਾ ਉਸ ਵੇਲੇ ਸਰਹੰਦ ਦਾ ਸੂਬਾ ਸੀ ਜ਼ੈਨ ਖਾਨ ਸਿੱਖਾਂ ਨੇ 12 ਹਮਲੇ ਕੀਤੇ ਨੇ ਸਰਹੰਦ ਤੇ ਕੱਲਾ ਇੱਕ ਬਾਬਾ ਸਿੰਘ ਬੰਦਾ ਸਿੰਘ ਬਹਾਦਰ ਦਾ ਨਹੀਂ 12ਵਾਂ ਹਮਲਾ ਸਰਦਾਰ ਜੱਸਾ ਸਿੰਘ ਆਹਲੋਵਾਲੀਏ ਨੇ ਕੀਤਾ ਹੈ ਜ਼ੈਨ ਖਾਂ ਨੂੰ ਘੇਰਨ ਗਏ ਨੇ ਕਿਉਂਕਿ ਇਹਨੇ ਕੁੱਪਰ ਖੇੜੇ ਦੇ ਮੈਦਾਨ ਵਿੱਚ ਸਾਡੇ ਬੱਚੇ ਕੋਹ ਕੋਹ ਕੇ ਵਖੀਰ ਨੂੰ ਸ਼ਹੀਦ ਕੀਤਾ ਸੀ ਜਦੋਂ ਗਏ ਪਤਾ ਲੱਗਾ ਕਿ ਸੂਬਾ ਸਰਹੰਦ ਜ਼ੈਨ ਖਾਂ ਬਾਹਰ ਕਿਤੇ ਗਿਆ ਹੈ ਸਰਦਾਰ ਜੱਸਾ ਸਿੰਘ ਨੇ ਕਿਹਾ ਸ਼ਹਿਰ ਨੂੰ ਘੇਰ ਲੋ ਜ਼ੈਨ ਖਾਂ ਜਵੜਨਾ ਦਿੱਤਾ ਜਾਏ ਕਹਿੰਦੇ ਨੇ ਉਸ ਵੇਲੇ ਸ਼ਹਿਰ ਨੂੰ ਘੇਰਿਆ ਜ਼ੈਨ ਖਾਂ ਸੂਬੇਦਾਰ ਆਇਆ ਸਰਦਾਰ ਜੱਸਾ ਸਿੰਘ ਊਣਾ ਦੇ ਜਿਹੜੇ ਸਾਥੀ ਸਨ ਉਹਨਾਂ ਰੋਕਿਆ ਲੜਾਈ ਕੋਈ ਇੱਕ ਨੇ ਤੇਜ਼ ਵਾਰ ਕੀਤਾ ਜੈਨ ਖਾਨ ਨੂੰ ਚੀਰ ਕੇ ਧਰਤੀ ਤੇ ਸੜ ਦਿੱਤਾ ਜੈਨ ਖਾਨ ਦੇ ਮਰਨ ਦੀ ਧੀਰ ਸੀ ਸਿੰਘ ਸਰਹੰਦ ਵਿੱਚ ਪ੍ਰਵੇਸ਼ ਕਰ ਗਏ ਗੁਰਮਖੋ ਉਸ ਦੀਵਾਰ ਨੂੰ ਦੇਖਿਆ ਜਿਸ ਦੀਵਾਰ ਵਿੱਚ ਗੁਰੂ ਕੇ ਲਾਲ ਚਿਣੇ ਗਏ ਉਸ ਥਾਂ ਨੂੰ ਦੇਖਿਆ ਜਿੱਥੇ ਦਾਦੀ ਦੋਨਾਂ ਪੋਤਰਿਆਂ ਨੂੰ ਲੈ ਕੇ ਦਿਨੇ ਕਦੀ ਸੌਂਦੀ ਸੀ ਰਾਮ ਕਰਦੀ ਸੀ ਰਾਤ ਨੂੰ ਅੱਜ ਚਿਖਾਂ ਵਿੱਚ ਲੈ ਕੇ ਉਹਨੇ ਬੱਚਿਆਂ ਦਾ ਸੰਸਕਾਰ ਮਾਂ ਦਾਦੀ ਨਾਲ ਕੀਤਾ ਗਿਆ ਸਰਦਾਰ ਜੱਸਾ ਸਿੰਘ ਨੇ ਸਰਹੰਦ ਦੇਖੀ ਪਾਵਾ ਬਾਬਾ ਬੰਦਾ ਸਿੰਘ ਬਹਾਦਰ ਇਹਨੂੰ ਫਤਿਹ ਕਰਕੇ ਗਏ ਪਰ ਕੁਝ ਖਵੇਲੀਆਂ ਤੇ ਕਿਲੇ ਕਾਇਮ ਸਨ ਕਿਸੇ ਨੇ ਆਵਾਜ਼ ਦੇ ਕੇ ਕਿਹਾ ਸਰਦਾਰ ਜੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਮੇਰਾ ਸਿੱਖ ਆਵੇਗਾ ਤੇ ਸਰਹੰਦ ਉੱਤੇ ਖਲ ਆ ਕੇ ਵਾਹੇਗਾ ਸ਼ਾਇਦ ਇਹ ਘੱਟ ਸੱਜਣਾ ਨੂੰ ਪਤਾ ਹੋਵੇ ਖਲ ਵਾਏਗਾ ਭਾਵੇਂ ਤਵਾਰੀਖੇ ਦੀ ਤਸਦੀਕ ਨਹੀਂ ਕਰਦੀ ਡਾਕਟਰ ਗੰਡਾ ਸਿੰਘ ਕਹਿੰਦੇ ਨੇ ਜਦੋਂ ਪਤਾ ਲੱਗਾ ਕਿਲੇ ਢਾ ਦਿੱਤੇ ਗਏ ਮਹੱਲ ਢਾ ਦਿੱਤੇ ਗਏ ਇੱਟ ਨਾਲ ਇੱਟ ਖੜਕਾਈ ਕਿਸੇ ਕਹਿਆ ਸਰਦਾਰ ਜੀ ਗੁਰੂ ਕਹਿ ਕੇ ਗਿਆ ਸੀ ਸਰਹੰਦ ਤੇ ਖਲ ਵਾਏ ਜਾਣਗੇ ਸਰਦਾਰ ਜੱਸਾ ਸਿੰਘ ਸਰਦਾਵਾਨ ਸੇਕਸੀ ਕਹਿੰਦਾ ਜੇ ਮੇਰੇ ਗੁਰੂ ਨੇ ਕਿਹਾ ਤੇ ਅੱਜ ਬਚਨੇ ਪੂਰਾ ਕਰਕੇ ਮੈਂ ਜਾਵਾਂਗਾ ਉੱਥੇ ਖੋਤੇ ਗਧੇ ਮੰਗਾਏ ਗਏ ਬਲਦਾਂ ਨਾਲ ਨਹੀਂ ਇਸ ਗੱਲ ਨੂੰ ਕਰਮ ਸਿੰਘ ਸਟੋਰੀਅਨ ਨੇ ਡਾਕਟਰ ਗੰਡਾ ਸਿੰਘ ਨੇ ਪ੍ਰਿੰਸੀਪਲ ਸਤਵੀਰ ਸਿੰਘ ਉਹਣਾ ਨੇ ਜਿਹੜੇ ਸਿੱਖ ਇਤਿਹਾਸ ਨੂੰ ਸ਼ਰਧਾ ਨਾਲ ਲਿਖਦੇ ਨੇ ਉਹ ਲਿਖਦੇ ਨੇ ਸਰਦਾਰ ਨੇ ਆਪਣੇ ਖੱਤ ਵਿੱਚ ਖਲ ਪਕੜਿਆ ਤੇ ਸੂਬੇ ਸਰਹੰਦ ਦੇ ਕਿਲੇ ਦੇ ਉੱਤੇ ਢਾ ਕੇ ਖਲਵਾ ਦਿੱਤਾ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇਰੇ ਬੱਚਿਆਂ ਨੂੰ ਸ਼ਹੀਦ ਕਰਨ ਵਾਲਿਆਂ ਦੇ ਘਰਾਂ ਉੱਤੇ ਖਲਵਾ ਦਿੱਤੇ ਇਸ ਕਰਕੇ ਅੱਲਾ ਯਾਰਖਾਂ ਜੋਗੀ ਨੇ ਜਦੋਂ ਸ਼ਹੀਦਾਂ ਨੇ ਵਫਾ ਕਿਤਾਬ ਲਿਖੀ ਉਹਦੇ ਅਖੀਰ ਦੇ ਸ਼ੇਅਰ ਸਨ ਕਿ ਗੁਰੂ ਕੇ ਲਾਲ ਕਹਿ ਰਹੇ ਸਨ ਖੰਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ ਸਿੱਖੀ ਕੀ ਨੀਵ ਖੰਮ ਹੈ ਸਰੋਂ ਪੇ ਉਠਾ ਚਲੇ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਖੰਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ ਸਿੱਖੀ ਕੀ ਨੀਵ ਖੰਮ ਹੈ ਸਰੋਂ ਪੇ ਉਠਾ ਚਲੇ ਗੁਰਿਆਈ ਕਾ ਕਿੱਸਾ ਜਹਾਂ ਮੇ ਬਨਾ ਚਲੇ ਸਿੰਘਾਂ ਕੀ ਸਲਤਨਤ ਕਾ ਪੌਦਾ ਲਗਾ ਚਲੇ गद्दी तो تخت बस अब कौम पाएगी दुनिया में जालिमों का निशां तक मिटाएगी वो कहता योगी जी इसके बाद कोई थोड़ी देर थी बस्ती सरहंद शहर की ईंटों का ढेर थी थोड़ी देर हुई सरहंद ईंटों का ढेर हो गई उस दिन सिखों ने एक परण कीता ए गुरुमारी सरहंद है ते जदों फतेह कीती कोई सिख इस सरहंद नु परवान ही नहीं सी करदा उस वेले ਇਹਦੀਆਂ ਇੱਟਾਂ ਸੱਤ ਲੋਈ ਸੱਟੀਆਂ ਗਈਆਂ ਕੋਈ ਯਮਨਾ ਵੀ ਛੱਟ ਕੇ ਲੈ ਗਏ ਸਰਦਾਰ ਜੱਸਾ ਸਿੰਘ ਇੱਥੋਂ ਵਾਪਸ ਫਿਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਗੁਰਮਖੋ ਇਹ ਕੇਵਲ ਆਗੂ ਜਰਨੈਲ ਤਲਵਾਰ ਚਲਾਉਣ ਵਾਲਾ ਹੀ ਨਹੀਂ ਇਹ ਪੰਜਾਂ ਪਿਆਰਿਆਂ ਵੀ ਸ਼ਾਮ ਲੋ ਕੇ ਅੰਮ੍ਰਿਤ ਛਕਾਉਂਦੇ ਰਹਿ ਮਹਾਰਾਜਾ ਆਲਾ ਸਿੰਘ ਪਟਿਆਲੇ ਵਾਲੇ ਨੇ ਇਹਨਾਂ ਤੋਂ ਅੰਮ੍ਰਿਤ ਪਾਣ ਕੀਤਾ ਇਹ ਪੰਜਾਂ ਵੀ ਸ਼ਾਮਲ ਸਨ ਉਹਦੇ ਪੁੱਤਰ ਸਹਿਬ ਸਿੰਘ ਉਹਨਾਂ ਨੇ ਪੋਤੇ ਨੇ ਅਮਰਤ ਇਹਨਾਂ ਤੋਂ ਛਕਿਆ ਅਮਰ ਸਿੰਘ ਨੇ ਇਹਨਾਂ ਤੋਂ ਅਮਰ ਛਕਿਆ ਜਦੋਂ ਸਰਦਾਰ ਜੀ ਦਾ ਅੰਤਲਾ ਸਮਾਂ ਆਇਆ ਤੇ ਗੁਰਮਖੋ ਅਖੀਰਲੇ ਜਿਹੜੇ 5 ਸਾਲ ਸਨ ਸਰਦਾਰ ਜੱਸਾ ਸਿੰਘ ਅਮਰ ਸਰ ਦੇ ਬਿਲਕੁਲ ਨੇੜੇ ਰਹੇ ਨੇ ਆਪਣੇ ਹੱਥੀਂ ਸੇਵਾ ਕਰਾਉਂਦੇ ਰਹੇ ਨੇ ਤੁਸੀਂ ਖਰਮੰਦਰ ਸਾਹਿਬ ਜਾਂਦੇ ਹੋ ਦੁੱਖ ਭੰਜਨੀ ਬੇਰੀ ਦੇ ਨਾਲ ਇੱਕ ਥੜਾ ਬਣਿਆ ਉਹਨੂੰ ਕਹਿੰਦੇ ਆ 68 ਤੀਰਥ ਕਿਹਾ ਜਾਂਦਾ ਹੈ ਉਹ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੇ ਆਪਣੇ ਖੱਤੀ ਬਣਵਾਇਆ ਐਸੇ ਸਮੇਂ ਦੇ ਦਰਮਿਆਨ ਅੱਜ ਸਰਦਾਰ ਜੀ ਸਨ 1783 ਦਾ ਸਾਲ ਆਇਆ ਦਿਵਾਲੀ ਦਾ ਮੇਲਾ ਨੇੜੇ ਆਇਆ ਤੇ ਸਾਰੀ ਕੌਮ ਸਰਦਾਰ ਜੱਸਾ ਸਿੰਘ ਦੇ ਖਰ ਹੁਕਮ ਨੂੰ ਸੱਤ ਬਚਨ ਕਰਕੇ ਮੰਨਦੀ ਸੀ ਅੰਤਲਾ ਸਮਾਂ ਆਇਆ ਫਤਿਆਬਾਦ ਤੋਂ ਅੰਮ੍ਰਿਤਸਰ ਦੀ ਧਰਤੀ ਤੇ ਗਏ ਨੇ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਉਹਨਾਂ ਦੇ ਪੇਟ ਵਿੱਚ ਦਰਦ ਹੋਈ ਅੰਮ੍ਰਿਤਸਰ ਪਹੁੰਚ ਗਏ ਨੇ ਅੱਜ ਸਿੱਖ ਸੰਗਤਾਂ ਨੂੰ ਪਤਾ ਲੱਗਾ ਕਿ ਜਿਨ੍ਹਾਂ ਨੂੰ ਪਦਵੀ ਦਿੱਤੀ ਗਈ ਸੀ ਸੁਲਤਾਨੇ ਉਲਕੌਮ ਇਹ ਪਦਵੀ ਸੀ ਜਿਵੇਂ ਸੀ ਸਿੰਘ ਸਾਹਿਬ ਕਹਿੰਦੇ ਆ ਅੱਜ ਉਹ ਸਿੱਖਾਂ ਦਾ ਬਾਦਸ਼ਾਹ ਸਰਹੰਦ ਤੇ ਖਲ ਵਾਣ ਵਾਲਾ ਕੁੱਪਰ ਖੇੜੇ ਦੇ ਮੈਦਾਨ ਵਿੱਚ ਆਪਣੇ ਤਨ ਨਾਲ ਖੂਨ ਦੀ ਖੋਲੀ ਖੇਡਣ ਵਾਲਾ ਅਬਦਾਲੀ ਨੂੰ ਵੰਗਾਰਨ ਵਾਲਾ ਖਰਮੰਦਰ ਚਾਦਰ ਵਿਛਾ ਕੇ ਉਸਾਰਨ ਵਾਲਾ ਆਪਣੀ ਜ਼ਿੰਦਗੀ ਦੇ ਅੰਤਲੇ ਪੜਾ ਤੇ ਆ ਗਿਆ ਹੈ ਸਿੱਖ ਸੰਗਤ ਆਈ ਸਰਦਾਰ ਜੱਸਾ ਸਿੰਘ ਆਲੋਵਾਲੀਆ ਮੰਝੇ ਤੇ ਸਨ ਉਹਨਾਂ ਨੇ ਆਪਣੀ ਰਸਨਾ ਤੋਂ ਬਚਨ ਕਹਿ ਕਹਿਣ ਲੱਗੇ ਖਾਲਸਾ ਜੀ ਸਿੱਖ ਆਗੂ ਖਲੋਤੇ ਨੇ ਖਾਲਸਾ ਜੀ ਮੈਂ 4 ਸਾਲ ਦਾਸ ਹਾਂ ਮੇਰਾ ਬਾਪੂ ਮਰ ਗਿਆ ਸੀ ਇਹ ਸ਼ਬਦ ਕਹਿ ਸਿੱਖ ਦਾ ਅੰਦਰ ਦੇਖੋ ਹਰ ਮੰਦਰ ਵਿੱਚ ਸਰਦਾਰ ਜੱਸਾ ਸਿੰਘ ਨੇ 22 19 ਰਾਗਾਂ ਦਾ ਗੁਲਦਸਤਾ ਗਾਇਆ ਸੀ ਉੰਨੀ ਰਾਗਾਂ ਵਿੱਚ ਇੱਕ ਸ਼ਬਦ ਗਾਇਆ ਸੀ ਇੱਕ ਗੁਲਦਸਤਾ ਭਾਈ ਸਾਹਿਬ ਜਾਣਦੇ ਨੇ ਰਾਗਾਂ ਦਾ ਗੁਲਦਸਤਾ ਕੀ ਹੁੰਦਾ ਹੈ ਕਹਿਣ ਲੱਗਾ ਖਾਲਸਾ ਜੀ 5 ਸਾਲ ਦਾ ਸਾਂ 4 ਸਾਲ ਦਾ ਮੇਰੇ ਬਾਪ ਦੀ ਮੌਤ ਹੋ ਗਈ ਮੇਰੀ ਬਾ ਮਾਂ ਸੁੰਦਰੀ ਨੇ ਪੜੀ ਪਕੜੀ ਕਹਿਣ ਲੱਗੇ ਮੈਨੂੰ ਮਾਂ ਨੇ ਰੱਜ ਕੇ ਪਿਆਰ ਦਿੱਤਾ ਮੇਰੇ ਵਰਗੇ ਯਤੀਮ ਨੂੰ ਉਹਨੇ ਵਿੱਦਿਆ ਦਿੱਤੀ ਮੇਰੇ ਵਰਗੇ ਯਤੀਮ ਨੂੰ ਅਸੀਸ ਦੇ ਕੇ ਕਿਹਾ ਕਿ ਜੱਸਾ ਸਿਆ ਤੇਰੀ ਸੰਤਾਨ ਦੇ ਦਿਵਾਲੇ ਆਸਿਆਂ ਵਾਲੇ ਚੱਲਣਗੇ ਮਤਲਬ ਪਹਿਰੇਦਾਰ ਚੱਲਣਗੇ ਖਾਲਸਾ ਜੀ ਤੁਸੀਂ ਇਸ ਯਤੀਮ ਨੂੰ ਦਾਣੇ ਵੰਡਣ ਦੀ ਸੇਵਾ ਤੋਂ ਅੱਜ ਪਾਤਸ਼ਾਹੀ ਦਿੱਤੀ ਹੈ ਤੇ ਮੈਂ ਅਜ ਸਮੁੱਚੇ ਖਾਲਸਾ ਤੋਂ ਜਾਣ ਤੋਂ ਪਹਿਲਾਂ ਖਿਮਾ ਮੰਗਣਾ ਵਾਂ ਕਿ ਇਸ ਜੱਸਾ ਸਿੰਘ ਤੋਂ ਜਿਤਨੀਆਂ ਵੀ ਕੁਤਾਈਆਂ ਹੋ ਗਈਆਂ ਤੁਸੀਂ ਅਰਦਾਸ ਕਰਿਓ ਕਿ ਗੁਰੂ ਰਾਮਦਾਸ ਮੈਨੂੰ ਬਖਸ਼ ਦੇਵੇ ਮੈਨੂੰ ਬਖਸ਼ ਦੇਵੇ ਜਦੋਂ ਸਰਦਾਰ ਦੇ ਸ਼ਬਦ ਸੁਣੇ ਤੇ ਪੱਥਰ ਵੀ ਵਹਿ ਤੁਰੇ ਨਾਲ ਆਵਾਜ਼ ਦਿੱਤੀ ਮੇਰੇ ਚਲਾਣੇ ਤੋਂ ਬਾਅਦ ਰੋਇਓ ਨਾ ਮੇਰੇ ਸਾਹਮਣੇ ਅੱਖਾਂ ਨੂੰ ਕੋਈ ਭਰਿਓ ਕੀ ਕਰੀਏ ਕਹਿਣ ਲੱਗੇ ਮੇਰੇ ਕੋਲ ਜੇ ਮੈਨੂੰ ਦਿਲੋਂ ਪਿਆਰ ਕਰਦੇ ਹੋ ਆਓ ਸਿੱਖੋ ਜੀਵਣ ਵਾਲਿਓ ਤੁਸੀਂ ਕੀਰਤਨ ਕਰੋ ਮੈਂ ਕੀਰਤਨ ਦੇ ਵਿਵਾਨ ਵੀ ਚੜ ਕੇ ਗੁਰੂ ਨਾਨਕ ਦੇ ਘਰ ਨੂੰ ਜਾਵਾਂ ਉਸ ਵੇਲੇ ਕੀਰਤਨ ਸ਼ੁਰੂ ਹੋ ਗਿਆ ਇਸ ਸਿੱਖ ਕੌਮ ਦਾ ਸੁਲਤਾਨ ਨੇ ਉਲਕੌਮ ਸਰਦਾਰ ਜੱਸਾ ਸਿੰਘਾਲੋਵਾਲੀਆ ਮੰਝੇ ਤੇ ਖੈ ਕੀਰਤਨ ਸ਼ੁਰੂ ਹੋਇਆ ਆਵਾਜ਼ ਕੀਰਤਨ ਦੀ ਕੰਨਾਂ ਵਿੱਚ ਪਈ ਚਿਹਰੇ ਤੇ ਮੁਸਕਰਾਟ ਆਈ ਕੁਝ ਸਮੇਂ ਤੋਂ ਬਾਅਦ ਸਰਦਾਰ ਜੀ ਨੇ ਆਪਣੇ ਚੋਲੇ ਨੂੰ ਤਿਆਗ ਦਿੱਤਾ ਇੱਕ ਯਤੀਮ ਬੱਚੇ ਤੋਂ ਇੰਨੀ ਉੱਚੀ ਪਦਵੀ ਤੇ ਬੈਠਾ ਹੋਇਆ ਗੁਰੂ ਦਾ ਸਿੱਖ ਸਰਦਾਰ ਜੱਸਾ ਸਿੰਘਾਲੋਵਾਲੀਆ ਚਲਾਣਾ ਕਰ ਗਏ ਇਹਨਾਂ ਦਾ ਸਸਕਾਰ ਬਾਬਾ ਅਟਲ ਜੀ ਦੇ ਬਿਲਕੁਲ ਨਜ਼ਦੀਕ ਜਿੱਥੇ ਸਰਦਾਰ ਕਪੂਰ ਸਿੰਘ ਦਾ ਸਸਕਾਰ ਕੀਤਾ ਗਿਆ ਉਹਦੇ ਨਾਲ ਸਸਕਾਰ ਕੀਤਾ ਹੁਕਮ ਮੁਤਾਬਕ ਕਿਸੇ ਨੇ ਵੀ ਅੱਖਾਂ ਤੋਂ ਨੀਰ ਨਹੀਂ ਵਹਾਇਆ ਪਰ ਜਦੋਂ ਇਸ ਕੌਮ ਦੇ ਜਰਨੈਲ ਦਾ ਸ਼ਰੀਰ ਚਿਖਾਂ ਤੇ ਰੱਖਿਆ ਜਿੰਨੂੰ ਦੇਖ ਕੇ ਅਬਦਾਲੀ ਵੀ ਕੰਬ ਗਿਆ ਸੀ ਜਦੋਂ ਇਹਦੇ ਸ਼ਰੀਰ ਨੂੰ ਅੱਗ ਦਾ ਲਾਂਬੂ ਲੱਗਾ ਤੇ ਕੋਈ ਅੱਖ ਐਸੀ ਨਹੀਂ ਸੀ ਜਿਹੜੀ ਭਰੀ ਨਾ ਹੋਵੇ ਤੇ ਗਿਆਨੀ ਗਿਆਨ ਸਿੰਘ ਲਿਖਦੇ ਨੇ ਇੱਕ ਆਵਾਜ਼ ਆਈ ਉੱਚੀ ਸਾਰੀ ਬਿਰਤ ਬੋਲਾ ਉਹ ਧਰਮ ਰਾਜ ਇਹ ਤੂੰ ਕੀ ਕੀਤਾ ਜਿਹਨੂੰ ਮਾਨ ਨਾਲ ਅਸੀਂ ਸੁਲਤਾਨੇ ਉਲਕੌਮ ਕਹਿੰਦੇ ਸਾਂ ਅੱਜ ਤੂੰ ਏਡਾ ਵੱਡਾ ਬਾਦਸ਼ਾਹ ਸਾਡੇ ਤੋਂ ਖੋ ਲਿਆ ਹੈ ਗੁਰਮਖ ਉਸ ਸਿੱਖ ਦੇ ਸਮੁੱਚੇ ਜੀਵਨ ਨੂੰ ਦੇਖੀਏ ਉਹਨੇ ਕੋਈ ਪਕੜ ਨਹੀਂ ਰੱਖੀ ਸਿਰਫ ਪੰਥ ਗੁਰਬਾਣੀ ਗੁਰੂ ਗ੍ਰੰਥ ਤੇ ਗੁਰੂ ਘਰ ਦੀ ਸੇਵਾ ਨੂੰ ਸਾਹਮਣੇ ਰੱਖ ਕੇ ਤੁਰਿਆ ਆਓ ਉਸ ਮਹਾਨ ਸਿੱਖ ਨੂੰ ਜੇ ਆਪਾਂ ਯਾਦ ਕੀਤਾ ਤੇ ਸਾਖੀ ਦਾ ਮਤਲਬ ਖੈ ਉਹਨੂੰ ਆਪਣੇ ਜੀਵਨ ਵਿੱਚ ਆਪਾਂ ਕਮਾ ਸਕੀਏ ਮੈਂ ਸਿਰਫ ਸੰਖੇਪ ਜਪੰਛੀ ਝਾਤ ਉਸ ਮਹਾਨ ਜਰਨੈਲ ਦਾ ਜੀਵਨ ਆਪ ਨਾਲ ਸਾਂਝਾ ਕਰ ਸਕਿਆ ਬੇਅੰਤ ਪੁੱਲਾ ਹੋਈਆਂ ਨੇ ਕਿਰਪਾ ਕਰਕੇ ਬਖਸ਼ ਦੇਣਾ ਗੁਰਮਖੋ ਕਿਉਂਕਿ ਤੁਸੀਂ ਇਤਿਹਾਸ ਦਾ ਸਬਜੈਕਟ ਮੈਨੂੰ ਦਿੱਤਾ ਸੀ ਕਿਉਂਕਿ ਕਈ ਵਾਰੀ ਤਵਾਰੀਖ ਸੁਣਾਉਂਦਿਆਂ ਕਈ ਥਾਵਾਂ ਬੇਰਸੀਆਂ ਵੀ ਆਉਂਦੀਆਂ ਨੇ ਪਰ ਯਤਨ ਕੀਤਾ ਹੈ ਜਿੰਨੇ ਗ੍ਰੰਥ ਮਿਲੇ ਖੋਜ ਕੇ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕੀਤੇ ਨੇ ਸਬਬ ਬਣਿਆ ਫਿਰ ਕਦੀ ਕਿਸੇ ਜਰਨਲ ਦਾ ਜੀਵਨ ਆਪ ਨਾਲ ਸਾਂਝਾ ਕੀਤਾ ਜਾਏਗਾ ਖੁਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਿੱਖੀ ਕਮਾਨ ਦੀ ਸਾਨੂੰ ਦਾਤ ਬਖਸ਼ੇ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣੀਏ ਆਪ ਤੁਮ ਮੈਂ ਪਹਿਲਾਂ ਹੀ ਛੁੱਟੀ ਲੈ ਲਾਂ ਕਿਉਂਕਿ ਸਵੇਰੇ ਲੁਧਿਆਣੇ ਜਾ ਫਿਰ ਕਥਾ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ